ਪ੍ਰਾਈਮ ਏਸ਼ੀਆ ਟੈਲੀਵਿਜ਼ਨ ਦੇਖਦੇ ਸਾਰੇ ਦਰਸ਼ਕਾਂ ਨੂੰ ਮਨਮੋਹਨ ਸਿੰਘ ਸਮਰਾ ਵੱਲੋਂ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਅਸੀਂ ਆਪਣਾ ਹਫ਼ਤਾਵਾਰੀ ਪ੍ਰੋਗਰਾਮ ਪ੍ਰਾਈਮ ਚਰਚਾ ਲੈ ਕੇ ਇੱਕ ਵਾਰੀ ਫਿਰ ਹਾਜ਼ਰ ਹਾਂ। ਜਿਵੇਂ ਕਿ ਸਮੁੱਚੇ ਸਿੱਖ ਜਗਤ ਦੇ ਵਿੱਚ ਵੈਸੇ ਤਾਂ ਪਿਛਲੇ 3-4 ਸਾਲ ਤੋਂ, ਪਰ ਜੇ ਅਸੀਂ ਦੇਖੀਏ ਹੁਣ ਇਹਨਾਂ ਮਹੀਨਿਆਂ ਦੇ ਵਿੱਚ ਇੱਕ ਮਸਲਾ ਜਿਹੜਾ ਬੜਾ ਸੰਵੇਦਨਸ਼ੀਲ ਹੈ ਉਹ ਉੱਭਰ ਕੇ ਸਾਹਮਣੇ ਆਇਆ ਅਤੇ ਸਾਰੇ ਸਿੱਖ ਹਰ ਰੋਜ਼ ਜਾਗਦੇ ਸੌਂਦੇ ਉਹਦੇ ਬਾਰੇ ਸੋਚਦੇ ਆ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਮਸਲਾ। ਭਾਵੇਂ ਕਿ ਇਹ ਘਟਨਾ 1 ਜੂਨ 2015 ਦੀ ਹੈ, ਜਦੋਂ ਬੁਰਜ ਜਵਾਹਰ ਸਿੰਘ ਵਾਲਾ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚੋਂ ਇੱਕ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਚੋਰੀ ਹੋ ਗਏ ਸੀ। ਤਾਂ ਗ੍ਰੰਥੀ ਸਿੰਘ ਕਿਸੇ ਕੰਮ ਕਰਦੇ ਰੁਝੇਵੇਂ 'ਚ ਬਾਹਰ ਗਿਆ ਸੀ। ਜਦੋਂ ਵਾਪਸ ਆਇਆ ਤਾਂ ਕੁਛ ਬੱਚਿਆਂ ਨੇ ਜਿਹੜੇ ਸਕੂਲ ਕੀਰਤਨ ਦੀਆਂ ਕਲਾਸਾਂ ਲੈਣ ਆਉਂਦੇ ਸੀ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਮੰਜੀ ਸਾਹਿਬ 'ਤੇ ਨਹੀਂ। ਉਸ ਘਟਨਾ ਤੋਂ ਬਾਅਦ ਇੱਕ ਐਸਾ ਦੌਰ ਚੱਲਿਆ ਕਿ ਸਿੱਖਾਂ ਨੂੰ ਅੱਜ ਤੱਕ ਸਮਝ ਨਹੀਂ ਆ ਰਹੀ ਕਿ ਅਸੀਂ ਕੀ ਕਰੀਏ। 1 ਜੂਨ 'ਤੇ ਚੱਲੀ ਇਹ ਕਹਾਣੀ 25 ਸਤੰਬਰ ਤੱਕ ਪਹੁੰਚ ਗਈ, ਚੋਰੀ ਹੋਏ ਸਰੂਪ ਸਿੱਖਾਂ ਨੂੰ ਨਹੀਂ ਮਿਲੇ, ਸਰਕਾਰਾਂ ਨੇ ਬਣਦੀ ਕੋਈ ਕਾਰਵਾਈ ਨਹੀਂ ਕੀਤੀ। ਉਹ ਤੋਂ ਬਾਅਦ 25 ਸਤੰਬਰ ਨੂੰ ਜਵਾਹਰ ਸਿੰਘ ਵਾਲਾ ਦੇ ਵਿੱਚ ਹੀ ਇੱਕ ਸਮਾਧ ਹੈ, ਉਹਦੇ ਗੇਟ 'ਤੇ ਇੱਕ ਪੋਸਟਰ ਲਾਇਆ ਗਿਆ ਜਿਹਦੇ ਵਿੱਚ ਸਿੱਖਾਂ ਬਾਰੇ, ਗੁਰੂ ਗ੍ਰੰਥ ਸਾਹਿਬ ਬਾਰੇ ਨਿੰਦਣਯੋਗ ਸ਼ਬਦਾਵਲੀ ਵਰਤੀ ਗਈ, ਜਿਹਦੇ ਨਾਲ ਸਿੱਖ ਭਾਵਨਾਵਾਂ ਨੂੰ ਦੁਬਾਰਾ ਫੇਰ ਇੱਕ ਹੋਰ ਉਬਾਲ ਆਇਆ। ਅਤੇ ਇਹਦੇ ਨਾਲ ਲੱਗਦੇ 11 ਅਤੇ 12 ਅਕਤੂਬਰ ਦੇ ਵਿਚਕਾਰਲੀ ਰਾਤ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਪਾੜ ਕੇ ਬਰਗਾੜੀ ਪਿੰਡ ਦੀਆਂ ਗਲੀਆਂ ਦੇ ਵਿੱਚ ਸੁੱਟ ਦਿੱਤੇ ਗਏ। ਹੁਣ ਸਿੱਖ ਕੀ ਕਰ ਸਕਦੇ ਸੀ? ਆਪਣੀ ਸਰਕਾਰ ਸੀ, ਸੋ ਕਾਲਡ ਅਕਾਲੀ ਦਲ ਦੀ ਸਰਕਾਰ ਸੀ, ਅਤੇ ਸਿੱਖਾਂ ਨੂੰ ਲੱਗਦਾ ਸੀ ਸਾਡੀ ਸਰਕਾਰ ਦੇ ਵਿੱਚ ਸਾਡੇ ਗੁਰੂ ਸਾਹਿਬ ਦੀ ਇਹ ਬੇਅਦਬੀ ਝੱਲਣ ਤੋਂ ਬਾਹਰ ਸੀ। ਤਾਂ ਕੁਛ ਪੰਥਕ ਸ਼ਖਸੀਅਤਾਂ ਨੇ, ਪ੍ਰਚਾਰਕਾਂ ਨੇ ਇਕੱਠੇ ਹੋ ਕੇ ਉਹ ਜਿੰਨੇ ਵੀ ਅੰਗ ਬਰਗਾੜੀ ਦੀਆਂ ਗਲੀਆਂ 'ਚੋਂ ਮਿਲੇ ਉਹਨਾਂ ਨੂੰ ਪਾਲਕੀ ਸਾਹਿਬ 'ਚ ਰੱਖ ਕੇ ਕੋਟਕਪੂਰੇ ਵੱਲ ਨੂੰ ਮਾਰਚ ਕੀਤਾ ਅਤੇ ਉੱਥੇ ਇੱਕ ਧਰਨਾ ਲਾਇਆ। ਉਸ ਧਰਨੇ ਦੇ ਵਿੱਚ 2 ਕੁ ਦਿਨ ਧਰਨਾ ਜਿਹੜਾ ਸੀ ਸ਼ਾਂਤਮਈ ਰਿਹਾ। ਉਹ ਤੋਂ ਬਾਅਦ 1000 ਸਿੰਘਾਂ ਦੀ ਗ੍ਰਿਫਤਾਰੀ ਹੋਈ, ਕਈ ਪੰਥਕ ਲੀਡਰ ਵੀ ਗ੍ਰਿਫਤਾਰ ਕੀਤੇ ਗਏ। ਅਤੇ ਨਾਲ ਦੇ ਨਾਲ 14 ਅਕਤੂਬਰ ਨੂੰ ਬਹਿਬਲ ਕਰਾਂ ਪਿੰਡ ਦੇ ਵਿੱਚ ਇੱਕ ਗੋਲੀਕਾਂਡ ਪੁਲਿਸ ਨਾਲ ਹੋ ਗਿਆ, ਜਿਹਦੇ ਵਿੱਚ 2 ਸਿੰਘ ਭਾਈ ਗੁਰਜੀਤ ਸਿੰਘ ਅਤੇ ਭਾਈ ਕ੍ਰਿਸ਼ਨ ਭਗਵਾਨ ਸਿੰਘ ਸ਼ਹੀਦ ਹੋ ਗਏ। ਸੋ ਇਹ ਉਹਨਾਂ ਘਟਨਾਵਾਂ ਦਾ ਮੈਂ ਤੁਹਾਨੂੰ ਸ਼ੋਰਟ ਜਿਹਾ ਇੱਕ ਵੇਰਵਾ ਦਿੱਤਾ ਹੈ ਜੀ। ਅੱਜ ਜਿਹੜੀ ਜਸਟਿਸ ਰਣਜੀਤ ਸਿੰਘ ਦੀ ਇੱਕ ਰਿਪੋਰਟ ਆਈ ਆ ਉਹਨੂੰ ਲੈ ਕੇ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਰੌਲਾ ਪੈ ਰਿਹਾ, ਸਾਰੀਆਂ ਅਖਬਾਰਾਂ TV ਹਰ ਚੈਨਲ 'ਤੇ ਇਹੀ ਗੱਲਬਾਤ ਚੱਲ ਰਹੀ ਹੈ। ਪਰ ਸਾਨੂੰ ਬਾਹਰ ਬੈਠੇ ਸਿੱਖਾਂ ਨੂੰ ਸਮਝ ਨਹੀਂ ਆਉਂਦੀ ਕਿ ਅਸੀਂ ਕੀ ਕਰੀਏ। ਅੱਗੇ ਹੁੰਦਾ ਸੀ ਕੋਈ ਘਟਨਾ ਵਾਪਰ ਗਈ, ਅਸੀਂ ਅਕਾਲ ਤਖ਼ਤ ਦੇ ਜਥੇ ਨੂੰ ਚਿੱਠੀਆਂ ਲਿਖਦੇ ਹਾਂ। ਹੁਣ ਤਾਂ ਜਥੇਦਾਰਾਂ 'ਤੇ ਵੀ ਕੋਈ ਯਕੀਨ ਨਹੀਂ ਰਿਹਾ। ਜਥੇਦਾਰ ਆਪ ਉਸ ਕਟਹਿਰੇ ਦੇ ਵਿੱਚ ਖੜ੍ਹੇ ਨੇ, ਕੌਮ ਦੇ ਲੀਡਰ ਉਹ ਵੀ ਉਸ ਕਟਹਿਰੇ ਦੇ ਵਿੱਚ ਨੇ। ਇਸ ਗੱਲਬਾਤ ਨੂੰ ਅਸੀਂ ਸਿੱਖ ਕੀ ਕਰੀਏ, ਜਿੱਥੇ ਸਾਡੇ ਹਰ ਇੱਕ ਦੇ ਸੌਣ ਸਮੇਂ ਉੱਠਣ ਸਮੇਂ ਇਹ ਗੱਲ ਦਿਮਾਗ ਚੱਲਦੀ ਆ। ਸੋ ਅਸੀਂ ਪ੍ਰਾਈਮ ਏਸ਼ੀਆ TV ਤੋਂ ਇੱਕ ਉੱਦਮ ਕਰਨ ਦਾ ਯਤਨ ਕੀਤਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਮੇਰੇ ਨਾਲ 2 ਸ਼ਖਸੀਅਤਾਂ ਸਰੀ ਤੋਂ ਸਾਡੇ ਇੱਥੇ ਲੋਕਲ ਨੌਜਵਾਨ ਸਿੱਖ ਆਗੂ ਨੇ, ਉਹ ਮੇਰੇ ਨਾਲ ਨੇ, ਭਾਈ ਕਰਨੈਲ ਸਿੰਘ ਮਾਨ ਅਤੇ ਭਾਈ ਅਰਸ਼ਵੀਰ ਸਿੰਘ ਜੀ। ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਬੀਂਗ ਆ ਸਿੱਖ ਅਸੀਂ ਆਪਣੀਆਂ ਭਾਵਨਾਵਾਂ ਨੂੰ ਕਿਹੜੇ ਪਾਸੇ ਨੂੰ ਲੈ ਕੇ ਜਾਈਏ, ਇਸ ਸਮੱਸਿਆ ਦਾ ਕੀ ਹੱਲ ਹੈ। ਸੋ ਸਭ ਤੋਂ ਪਹਿਲਾਂ ਇਹਨਾਂ ਦੋਨਾਂ ਸਿੰਘਾਂ ਦਾ ਸਟੂਡੀਓ ਵਿੱਚ ਸਵਾਗਤ ਕਰਦੇ ਹਾਂ। ਵੀਰ ਜੀ ਦਾ ਆਪ ਜੀ ਦਾ ਬਹੁਤ ਬਹੁਤ ਸਵਾਗਤ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਜਦੋਂ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਜੀ ਦੀ, ਜੀ ਭਾਵੇਂ ਗੁਰੂ ਗ੍ਰੰਥ ਸਾਹਿਬ ਸਿੱਖਾਂ ਦੇ ਗੁਰੂ ਨੇ ਪਰ ਸਮੁੱਚੀ ਮਨੁੱਖਤਾ ਤੋਂ ਸੇਧ ਲੈਂਦੀ ਆ, ਉਹ ਕਿਹੋ ਜਿਹੇ ਹੱਥ ਹੋਣਗੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕੀਤੇ, ਉਹ ਕਿਹੜੀਆਂ ਤਾਕਤਾਂ ਨੇ ਜਿਹੜੀ ਇਸ ਗੱਲ ਦੇ ਮਗਰ ਸੀ। ਅਤੇ ਜ ਇਹ ਗੱਲ ਕਹਿੰਦਿਆਂ ਨੂੰ ਵੀ ਸੰਕੋਚ ਕਰਨੀ ਪੈਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਆ। ਪਰ ਹੁਣ ਕੀ ਹੋਇਆ ਕਿ ਸਾਡੀਆਂ ਆਪਣੀਆਂ ਸਰਕਾਰਾਂ, ਸਾਡੇ ਆਪਣੇ ਕਈ ਪ੍ਰਚਾਰਕ, ਸਾਡੇ ਆਪਣੇ ਹੀ ਲੋਕ ਇਹਦੇ ਵਿੱਚ ਇਨਵੋਲਵ ਦਿਸਦੇ ਨੇ। ਜਿਹੜੀ ਹੁਣ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਆਈ ਆ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਤੱਕ ਦੋਸ਼ੀ ਪਾਏ ਗਏ ਨੇ, ਉਹਨਾਂ 'ਤੇ ਦੋਸ਼ ਲੱਗੇ ਨੇ। ਕੱਲ੍ਹ ਨੂੰ ਸਾਬਤ ਹੋਣ ਨਾ ਹੋਣ ਉਹ ਵੱਖਰੀ ਗੱਲ ਆ, ਪਰ ਦੋਸ਼ ਲੱਗਣਾ ਵੀ ਇੱਕ ਬਹੁਤ ਭੈੜੀ ਗੱਲ ਹੁੰਦੀ ਆ ਕਿਸੇ 'ਤੇ ਇਹੋ ਜਿਹੇ ਦੋਸ਼ ਲੱਗ ਜਾਣੇ। ਤੁਸੀਂ ਬੀਂਗ ਆ ਸਿੱਖ, ਤੁਸੀਂ ਇੱਥੇ ਗੁਰਦੁਆਰਾ ਔਰਗਨਾਈਜੇਸ਼ਨਾਂ ਦੇ ਵਿੱਚ ਵੀ ਕੰਮ ਕੀਤਾ, ਸੇਵਾ ਕੀਤੀ ਆ, ਤੁਹਾਨੂੰ ਕੀ ਲੱਗਦਾ ਕਿ ਜਿੱਥੇ ਅੱਜ ਕੌਮ ਖੜ੍ਹੀ ਆ,
ਇਹਨੂੰ ਅਸੀਂ ਕਿਹਦੇ ਪਾਸੇ ਸੋਚੀਏ, ਕੀ ਕਰੀਏ ਹੁਣ ਅਸੀਂ? ਸਰਦਾਰ ਮਨਮੋਹਨ ਸਿੰਘ ਸਭਰਾ ਜੀ, ਜਿਹੜਾ ਤੁਹਾਡਾ ਕੁਐਸਚਨ ਔਰ ਅੱਜ ਦਾ ਜਿਹੜਾ ਮੁੱਦਾ ਹੈ ਜੀ, ਇਹ ਵਾਕਈ ਅਤਿ ਸੰਵੇਦਨਸ਼ੀਲ ਮੁੱਦਾ ਆ ਸਿੱਖ ਸਫਾਂ ਦੇ ਵਿੱਚ। ਔਰ ਜਿਹੜਾ ਤੁਸੀਂ ਕੁਐਸਚਨ ਰਾਈਜ਼ ਕੀਤਾ ਜੀ, ਉਹਦੇ ਵਿੱਚ ਮੈਂ ਇਹ ਸਮਝਦਾ ਹਾਂ ਕਿ ਥੋੜ੍ਹਾ ਜਿਹਾ ਆਪਾਂ ਇਹਨੂੰ ਇਤਿਹਾਸ ਦੇ ਨਾਲ ਜੀ ਮਿਲ ਲਈਏ ਜੀ। ਸੋ ਮੈਂ ਤੁਹਾਨੂੰ ਥੋੜ੍ਹਾ ਜਿਹਾ ਇੱਕ ਸਦੀ ਪਿੱਛੇ ਲੈ ਕੇ ਚੱਲਦਾ ਹਾਂ। ਉਦੋਂ ਵੀ ਅਜਿਹਾ ਮਾਹੌਲ ਬਣਿਆ ਸੀ। 1849-50 ਦੇ ਵਿੱਚ ਸਿੱਖ ਰਾਜ ਜਿਹੜਾ ਆ ਉਹ ਖਤਮ ਹੁੰਦਾ ਆ, ਬ੍ਰਿਟਿਸ਼ ਜਿਹੜਾ ਆ ਓਵਰਟੇਕ ਕਰ ਲੈਂਦਾ। ਔਰ ਉਸ ਵੇਲੇ ਮੈਂ ਟੂਕ ਮਾਤਰੀ ਗੱਲ ਲੈਣੀ ਜੀ ਇਤਿਹਾਸ ਦੇ ਵਿੱਚੋਂ, ਬ੍ਰਿਟਿਸ਼ ਜਿਹੜੀ ਗੌਰਮੈਂਟ ਆ ਉਹ ਸਿੱਖ ਰਾਜ ਨੂੰ ਆਕੂਪਾਈ ਕਰਨ ਤੋਂ ਬਾਅਦ ਇੱਕ ਕੰਮ ਕਰਦੀ ਹੈ ਕਿ ਉਸ ਮੌਕੇ 'ਤੇ ਜਿਹੜੇ ਪੰਥਕ ਤੌਰ 'ਤੇ ਨਾਮਜ਼ਦ ਕੀਤੇ ਸੀ ਪ੍ਰਚਾਰਕ ਮਹੰਤ ਪ੍ਰਥਾ, ਉਹ ਮਹੰਤ ਪ੍ਰਥਾ ਜਿਹੜੀ ਹੈ ਉਹਨਾਂ ਨੂੰ ਉਹਨਾਂ ਨੇ ਸਰਕਾਰੀ ਸ਼ਹਿ ਦਿੱਤੀ ਜੀ। ਬ੍ਰਿਟਿਸ਼ ਨੇ ਸਰਕਾਰੀ ਸ਼ਹਿ ਦਿੱਤੀ, ਉਹਨਾਂ ਦੀ ਪਿੱਠ ਪੂਰਤੀ ਕੀਤੀ ਔਰ ਇਨਫਿਲਟ੍ਰੇਸ਼ਨ ਕੀਤੀ ਸਿੱਖੀ ਸੰਸਥਾਵਾਂ ਦੇ ਵਿੱਚ। ਉਹਦਾ ਨਤੀਜਾ ਇਹ ਨਿਕਲਿਆ ਕਿ ਜਿਹੜੇ ਪ੍ਰਚਾਰਕ ਸੀ ਉਹਨਾਂ ਨੇ ਕੌਮ ਦਾ ਪ੍ਰਚਾਰ ਕਰਨਾ ਸੀ, ਪਰ ਸਰਕਾਰੀ ਸ਼ਹਿ ਦਾ ਸਦਕਾ ਉਹਨਾਂ ਦੇ ਵਿੱਚ ਕੁਰੀਤੀਆਂ ਆਉਣੀਆਂ ਸ਼ੁਰੂ ਹੋ ਗਈਆਂ। ਉਹਨਾਂ ਨੂੰ ਐਂ ਲੱਗਿਆ ਕਿ ਹੁਣ ਸਾਨੂੰ ਪੰਥ ਤੋਂ ਕੁਛ ਨਹੀਂ ਲੈਣਾ, ਅਸੀਂ ਬਲਵਾਨ ਹੋ ਗਏ ਹਾਂ, ਅਸੀਂ ਤਾਕਤਵਰ ਹੋ ਗਏ ਹਾਂ। ਉਹ ਕੁਰੀਤੀਆਂ ਅਤੇ ਬਦਫੈਲੀਆਂ ਅਤੇ ਉਹੀ ਗੁੰਡਾਗਰਦੀ ਉਹ ਪੰਥਕ ਸਫਾਂ ਦੇ ਵਿੱਚ ਆਈ ਅਤੇ ਕੌਮ ਜਿਹੜੀ ਸੀ ਉਹ ਪਹਿਲਾਂ ਹੀ ਗੁਲਾਮੀ ਦੀ ਜੰਜੀਰ ਦੇ ਵਿੱਚ ਜਕੜੀ ਗਈ ਸੀ। ਸਮਾਂ ਨਿਕਲਦਾ ਗਿਆ, ਜਿਹੜਾ ਸੁਹਿਰਦ ਲੀਡਰਸ਼ਿਪ ਸੀ ਕੌਮ ਦੀ ਉਹ ਹਮੇਸ਼ਾ ਹੀ ਇਸ ਚੀਜ਼ ਤੋਂ ਚਿੰਤਤ ਸੀ ਕਿ ਅਸੀਂ ਕੌਮ ਨੂੰ ਅਗਵਾਈ ਕਿਵੇਂ ਅਤੇ ਕਿੱਥੋਂ ਕਰੀਏ, ਕਿਉਂਕਿ ਜਿਹੜੀਆਂ ਸੰਸਥਾਵਾਂ ਸੀ ਉਹ ਸਰਕਾਰੀ ਸ਼ਹਿ ਦੇ ਉੱਤੇ ਇੱਕ ਤਰੀਕੇ ਦੇ ਨਾਲ ਕਾਬਜ਼, ਸਰਕਾਰ ਕਾਬਜ਼। ਬਿਲਕੁਲ ਜੀ। ਐਟ ਦ ਐਂਡ ਆਫ ਦਾ ਡੇ ਜਿਹੜੀਆਂ ਪੰਥਕ ਸ਼ਖਸੀਅਤਾਂ ਸੀ ਉਹਨਾਂ ਨੇ ਇੱਕ ਪਲੇਟਫਾਰਮ 'ਤੇ ਇਕੱਠੇ ਹੋ ਕੇ ਜਿਹੜਾ ਮਹੰਤ ਪ੍ਰਥਾ ਸੀ ਉਹਨੂੰ ਜਦੋਂ ਆਈਡੈਂਟੀਫਾਈ ਕੀਤਾ ਜੀ, ਆਈਡੈਂਟੀਫਾਈ ਕਰਕੇ ਇੱਕ ਲਹਿਰ ਸਿਰਜੀ। ਪਹਿਲਾਂ ਇਤਿਹਾਸ ਦੇ ਵਿੱਚ ਤੁਸੀਂ ਵਾਕਫ ਹੋ, ਸਿੰਘ ਸਭਾ ਲਹਿਰ ਚੱਲੀ। ਬਿਲਕੁਲ। ਔਰ ਉਸ ਤੋਂ ਬਾਅਦ ਐਸ ਜੀ ਪੀ ਸੀ ਦੀ ਹੋਂਦ ਦੇ ਵਾਸਤੇ ਲਹਿਰ ਚੱਲੀ ਔਰ ਜਿੰਨੀਆਂ ਵੀ ਪੰਥਕ ਜਥੇਬੰਦੀਆਂ, ਉਦੋਂ ਵੀ ਪੰਥਕ ਜਥੇਬੰਦੀਆਂ ਪੰਥ ਜਥੇਬੰਦੀਆਂ ਦੇ ਵਿੱਚ ਸੀ। ਬਿਲਕੁਲ। ਪਰ ਉਹ ਮਾਹੌਲ ਅਤੇ ਸਮਾਂ ਇੱਦਾਂ ਦਾ ਬਣਿਆ, ਸਾਰੀਆਂ ਜਥੇਬੰਦੀਆਂ ਨੇ ਇਸ ਮੋਰਚੇ ਨੂੰ, ਇਸ ਮੁਹਿੰਮ ਨੂੰ ਇੱਕ ਪਲੇਟਫਾਰਮ ਉੱਤੇ ਹੋ ਕੇ ਲੜਿਆ ਔਰ ਐਟ ਦ ਐਂਡ ਆਫ ਦ ਡੇ 1920-25 ਦੇ ਵਿੱਚ ਆ ਕੇ ਐਸ ਜੀ ਪੀ ਸੀ ਨੂੰ ਜਿਹੜਾ ਉਹ ਉਹਦਾ ਰੀਜ਼ਨ ਇਹ ਸੀ ਕਿ ਗੁਲਾਮੀ ਤੋਂ ਬਾਅਦ ਸਿੱਖਾਂ ਕੋਲ ਕੋਈ ਇਹੋ ਜਿਹਾ ਪਲੇਟਫਾਰਮ ਨਹੀਂ ਸੀ ਜਿੱਥੋਂ ਇੱਕ ਮੁੱਠ ਹੋ ਕੇ ਲੜ ਸਕਣ। ਐਸ ਜੀ ਪੀ ਸੀ ਨੇ ਅਕਾਲੀ ਦਲ, ਸ਼੍ਰੋਮਣੀ ਅਕਾਲੀ ਦਲ ਨੇ ਇਹ ਦੋ ਵਿੰਗ ਧਾਰਮਿਕ ਅਤੇ ਰਾਜਨੀਤਿਕ ਬਿੰਦ ਹੋਂਦ ਵਿੱਚ ਆਏ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਨੁਮਾਈ ਦੇ ਹੇਠ ਸਿੱਖ ਕੌਮ ਨੂੰ, ਭਾਵੇਂ ਬ੍ਰਿਟਿਸ਼ ਦੀ ਗੌਰਮੈਂਟ ਨੇ ਗੁਲਾਮੀ ਦੀ ਜੰਜੀਰ ਪਾ ਦਿੱਤੀ ਸੀ, ਪਰ ਫਿਰ ਵੀ ਸਿੱਖਾਂ ਨੇ ਇਹ ਪਲੇਟਫਾਰਮ ਦੋ ਹੋਂਦ ਵਿੱਚ ਲਿਆ ਕੇ ਐਜ ਏ ਸੋਵਨ ਔਰ ਆਪਣੀ ਜਿਹੜੀ ਹੈ ਸਿੱਖ ਸਟੇਟ ਦੇ ਤੌਰ 'ਤੇ ਵਿਚਰਿਆ ਅਤੇ ਸਿੱਖ ਕੌਮ ਨੂੰ, ਪੰਥ ਨੂੰ ਸੇਧ ਦਿੱਤੀ। ਬਿਲਕੁਲ। ਸੋ ਜੇ ਉਸ ਨਜ਼ਰੀਏ ਨਾਲ ਦੇਖੀਏ ਜੀ ਤਾਂ ਮੌਜੂਦਾ ਸਮਾਂ ਵਿੱਚ ਮੈਂ ਜਦੋਂ ਦੇਖਦਾ ਤਾਂ ਮੈਨੂੰ ਸੇਮ ਸਿਚੁਏਸ਼ਨ ਲੱਗਦੀ ਹੈ। ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਧਾਰਮਿਕ ਵਿੰਗ ਹੈ ਸਿੱਖ ਕੌਮ ਦਾ ਔਰ ਸ਼੍ਰੋਮਣੀ ਅਕਾਲੀ ਦਲ ਜੋ ਰਾਜਨੀਤਿਕ ਵਿੰਗ ਹੈ, ਇਹ ਧਰਮ ਵਾਸਤੇ ਅਤੇ ਰਾਜਨੀਤਿਕ ਗਤੀਵਿਧੀਆਂ ਨੂੰ ਕੰਟਰੋਲ ਕਰਦਾ ਸੀ ਪੰਥਕ ਸਫਾਂ ਦੇ ਵਿੱਚ। ਪਰ 1984 ਦੇ ਘੱਲੂਘਾਰੇ ਤੋਂ ਬਾਅਦ ਜਿਹੜੀ ਮੌਜੂਦਾ ਭਾਰਤ ਦੀ ਸਰਕਾਰ ਹੈ ਉਹਨਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਔਰ ਹੋਰ ਜਿਹੜੀਆਂ ਪੰਥਕ ਜਥੇਬੰਦੀਆਂ ਔਰ ਸੰਸਥਾਵਾਂ ਸਰਕਰਦਾ ਸੀ ਔਰ ਉਹਨਾਂ ਨੂੰ ਸੇਮ ਬ੍ਰਿਟਿਸ਼ ਗੌਰਮੈਂਟ ਦੀ ਤਰਜ਼ 'ਤੇ ਆਪਣੇ ਕੰਟਰੋਲ ਵਿੱਚ ਕੀਤਾ। ਔਰ ਅੱਜ ਹਾਲਾਤ ਉਹੀ ਜਿਹੜੇ ਬਣ ਗਏ ਨੇ, ਐਸ ਜੀ ਪੀ ਸੀ ਦੇ ਜਿਹੜੇ ਮੌਜੂਦਾ ਪ੍ਰਬੰਧਕ ਨੇ, ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਮੌਜੂਦਾ ਪ੍ਰਬੰਧਕ ਨੇ, ਉਹ ਸੇਮ ਉਹਨਾਂ ਦੇ ਵਿੱਚ ਕੁਰੀਤੀਆਂ, ਬਦਫੈਲੀਆਂ ਅਤੇ ਉਹੀ ਗੁੰਡਾਗਰਦੀ ਅੱਜ ਆਈ ਹੈ ਜਿਹੜੀ ਅੱਜ ਤੋਂ ਇੱਕ ਸਦੀ ਪਹਿਲਾਂ ਲਗਭਗ। ਤੁਹਾਡਾ ਮਤਲਬ ਕਿ ਸਾਡੇ ਕੁਝ ਲੀਡਰ ਨਰੈਣੂ ਮਹੰਤ ਵਾਲਾ ਰੋਲ ਅੱਜ ਵੀ ਪਲੇ ਕਰ ਰਹੇ ਨੇ। ਸੋ ਪਹਿਲਾਂ ਤਾਂ ਸਾਰੀ ਡੇਟ ਆਪਾਂ ਨੂੰ ਇਹ ਦੇਖਣਾ ਪੈਣਾ ਜੀ, ਕੌਮ ਨੂੰ ਇਹ ਆਈਡੈਂਟੀਫਾਈ ਕਰਨਾ ਪੈਣਾ ਵੀ ਕੌਮ ਦੀ ਸਿਚੁਏਸ਼ਨ ਕੀ ਹੈ, ਇਤਿਹਾਸ ਵਿੱਚ ਉਹ ਸੇਧ ਲਈਏ। ਅਤੇ ਹੁਣ ਆਪਾਂ ਅੱਗੇ ਚੱਲਦੇ ਹਾਂ ਕਿ ਇਤਿਹਾਸ ਤੋਂ ਸੇਧ ਲੈ ਕੇ ਉਸ ਵੇਲੇ ਸਿੱਖਾਂ ਨੇ ਕੀ ਕੀਤਾ ਅਤੇ ਅੱਜ ਸਾਨੂੰ ਕੀ ਕਰਨਾ ਬਣਦਾ। ਭਾਈ ਜਸਵੀਰ ਸਿੰਘ ਜੀ, ਤੁਸੀਂ ਇਹਨੂੰ ਕਿਸ ਤਰ੍ਹਾਂ ਦੇਖਦੇ ਹੋ? ਨਰੈਣੂ ਮਹੰਤ ਵੇਲੇ ਸਿੱਖ ਜੰਗਲ ਬੇਲਿਆਂ 'ਚ ਰਹਿੰਦੇ ਸੀ, ਤਾਜ਼ਾ ਤਾਜ਼ਾ ਉਹਨਾਂ ਨੇ ਰਾਜ ਗੁਆਇਆ ਸੀ,
ਮਾਨਸਿਕ ਪੀੜ ਦੇ ਵਿੱਚੋਂ ਗੁਜ਼ਰ ਰਹੇ ਸੀ। ਪਰ 47 ਦੇ ਵਿੱਚ ਤਾਂ ਅਸੀਂ ਆਪਣੀ ਚੋਇਸ ਨਾਲ ਹਿੰਦੁਸਤਾਨਾ ਰਹੇ ਅਤੇ ਸਾਨੂੰ ਆਪਣਾ ਵਤਨ ਲੱਗਦਾ ਸੀਗਾ, ਸਾਡੇ ਨਾਲ ਫੇਰ ਕਾਹਤੋਂ ਸ਼ੁਰੂ ਹੋ ਗਿਆ ਦੁਬਾਰਾ? ਇਹ ਸਿੱਖਾਂ ਨੂੰ ਇੱਕ ਬੜਾ ਵੱਡਾ ਭੁਲੇਖ ਹੈ ਕਿ ਉਹ ਵੱਖਰਾ, ਉਹਨਾਂ ਦੀ ਇੱਕ ਵੱਖਰੀ ਸਟੇਟ ਹੈ, ਭਾਵੇਂ ਸਾਡੇ ਕੋਲ ਸਟੇਟ ਅੱਜ ਨਹੀਂ ਆਈ ਹਾਲ ਦੀ ਘੜੀ ਤੱਕ। ਮੁਗਲ ਸਾਮਰਾਜ ਨਾਲ ਸਾਡਾ ਕਿਉਂ ਪੰਗਾ ਪਿਆ? ਕਿਉਂਕਿ ਉਹ ਇੱਕ ਸਟੇਟ ਸਨ ਅਤੇ ਸਾਨੂੰ, ਅਸੀਂ ਉਹਨਾਂ ਦੇ ਇੱਕ ਵਿਰੋਧੀ ਧਿਰ ਸਾਂ ਜੀ। ਅੰਗਰੇਜ਼ਾਂ ਨਾਲ ਫਿਰ ਉਹੀ ਗਹਿਗਾ 'ਚ ਲੜਾਈ, ਸ਼ਹੀਦੀਆਂ ਹੋਈਆਂ, ਫਿਰ ਸਿੱਖਾਂ ਨੇ ਹੀ ਆਪਣੇ ਆਪ ਨੂੰ ਇੱਕ ਸਟੇਟ ਦੇ ਤੌਰ 'ਤੇ ਲਿਆਂਦਾ ਅਤੇ ਅੰਗਰੇਜ਼ਾਂ ਨਾਲ ਸਾਡਾ ਪੰਗਾ ਪਿਆ। ਦੇਸ਼ ਦੀ ਆਜ਼ਾਦੀ 80% ਸ਼ਹੀਦੀਆਂ ਇਸ ਕਰਕੇ ਹੋਈਆਂ ਕਿ ਅਸੀਂ ਸਮਝਦੇ ਸੀ ਵੀ ਅਸੀਂ ਸਟੇਟ ਹਾਂ ਜੀ। ਇਸ ਤੋਂ ਬਾਅਦ ਦਾ ਸਮਾਂ ਆਇਆ ਹਿੰਦੂ ਸਾਮਰਾਜ 1947 ਤੋਂ ਬਾਅਦ। ਉਹਨਾਂ ਨੇ ਆਪਣੇ ਆਪ ਨੂੰ ਸਟੇਟ ਸਮਝਿਆ ਅਤੇ ਸਾਨੂੰ, ਅਸੀਂ ਸਮਝਦੇ ਸੀ ਵੀ ਸਾਨੂੰ ਆਜ਼ਾਦੀ ਮਿਲ ਗਈ ਹੈ ਜੀ। ਪਰ ਜਿਨ੍ਹਾਂ ਨੇ ਆਪਣੇ ਆਪ ਨੂੰ ਸਟੇਟ ਸਮਝਿਆ ਉਹਨਾਂ ਨੇ ਸਾਡੇ ਪ੍ਰਤੀ ਆਪਣੇ ਵਿਚਾਰ ਕਲੀਅਰ ਕਰਤੇ ਕਿ ਇਹ ਜਰਾਇਮ ਪੇਸ਼ਾ ਲੋਕ ਨੇ। ਉਹ ਤਾਂ ਸਨ 1948 ਦੇ ਵਿੱਚ ਮੇਰੇ ਖਿਆਲ ਉਹਨਾਂ ਨੇ ਬਣ ਸਾਰੇ ਇਹ ਦੱਸਤਾ ਸੀਗਾ ਕਿ ਜਰਾਇਮ ਪੇਸ਼ਾ, ਜਰਾਇਮ ਪੇਸ਼ਾ। ਸਰਦਾਰ ਕਪੂਰ ਸਿੰਘ ਹੁਣਾਂ ਨੇ ਉਜਾਗਰ ਕੀਤਾ ਪੰਥ ਦੇ ਸਾਹਮਣੇ। ਸੋ ਉਦਣ ਤੋਂ ਲੈ ਕੇ ਵਰਤਾਰਾ ਸਿੱਖਾਂ ਨਾਲ ਫਿਰ ਉਹੀ ਹੋਇਆ ਜਿਵੇਂ ਇੱਕ ਸਟੇਟ ਦੂਜੀ ਸਟੇਟ ਨਾਲ ਕਰਦੀ ਹੈ ਜੀ। ਸੋ ਇਹ ਅੱਜ ਦੇ ਦੌਰ ਦੇ ਵਿੱਚ ਜਿਹੜਾ ਸਿੱਖਾਂ ਨੂੰ ਇਹ ਸਮਝਣਾ ਪਏਗਾ ਕਿ ਸਾਨੂੰ ਇੱਕ ਸਟੇਟ ਜਿਹੜੀ ਹੈਗੀ ਆ ਉਹ ਆਪਣੇ ਵਿਰੋਧੀ ਦੇ ਰੂਪ ਦੇ ਵਿੱਚ ਰੱਖ ਕੇ ਸਾਡੇ ਨਾਲ ਡੀਲ ਕਰ ਰਹੀ ਹੈ। ਅਤੇ ਜਿਹੜਾ ਇਸ ਸਮੇਂ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ, ਪੰਥ ਜਿਹੜਾ ਹੈਗਾ, ਜਿਹੜਾ ਸਮੁੱਚਾ ਪੰਥ ਹੈ ਉਹ ਗੈਰ ਹੱਥਾਂ ਦੇ ਵਿੱਚ ਚਲਾ ਗਿਆ, ਉਹਨਾਂ ਦੇ ਵਿੱਚ ਜਿਹੜੀਆਂ ਕੁਰੀਤੀਆਂ ਆ ਗਈਆਂ, ਸਾਰੇ ਸਿਸਟਮ ਦੇ ਵਿੱਚ ਕੁਰੀਤੀਆਂ ਆ ਗਈਆਂ। ਪਹਿਲਾਂ ਆਪਾਂ ਨਰੈਣੂ ਦੀ ਗੱਲ ਕਰਦੇ ਹਾਂ, ਇੱਕ ਸੀ, ਹੁਣ ਕਿੰਨੇ ਨੇ? ਮਤਲਬ ਹੁਣ ਨਰੈਣੂ ਪੰਥ ਨੇ ਆਈਡੈਂਟੀਫਾਈ ਕਰ ਲਿਆ ਸੀ ਅਤੇ ਪੰਥ ਨੂੰ ਹੁਣ ਤੱਕ ਜਿੰਨੀਆਂ ਵੀ ਗਤੀਵਿਧੀਆਂ ਹੋਈਆਂ ਪੰਥ ਹਰ ਵੇਲੇ ਆਈਡੈਂਟੀਫਾਈ ਕਰਦਾ ਰਿਹਾ ਅਤੇ ਅੱਜ ਵੀ ਕਿਤੇ ਨਾ ਕਿਤੇ ਉਸ ਦੌਰ 'ਚ ਆ ਗਿਆ, ਪੰਥ ਆਈਡੈਂਟੀਫਾਈ ਕਰ ਚੁੱਕਾ, ਸਿਰਫ ਹੁਣ ਅਗਲੀ ਐਕਸ਼ਨ ਦੀ ਲੋੜ ਹੈ। ਸੋ 1984 ਦੇ ਵਿੱਚ ਸਿੱਖਾਂ ਦੇ ਉਸ ਕਤਲੇਆਮ ਤੋਂ ਬਾਅਦ ਉਦੋਂ ਸਾਨੂੰ ਲੱਗਦਾ ਸੀ ਸਾਡੀਆਂ ਇਮਾਰਤਾਂ 'ਤੇ ਹਮਲੇ ਹੋਏ ਆ, ਪਰ ਇੰਦਰਾ ਗਾਂਧੀ ਨੇ ਆਪਣੇ ਬਿਆਨਾਂ 'ਚ ਵੀ ਕਿਹਾ ਸੀ ਕਿ ਹਰਿਮੰਦਰ ਸਾਹਿਬ ਨੂੰ ਬਚਾ ਕੇ ਬਾਕੀ ਦੇ ਪਾਸੇ ਆਪਰੇਸ਼ਨ ਕਰਨਾ, ਹਰਿਮੰਦਰ ਸਾਹਿਬ ਨੂੰ ਬਚਾਉਣਾ। ਪਰ ਹੁਣ ਤਾਂ ਗੱਲ ਹਰਿਮੰਦਰ ਸਾਹਿਬ ਨਹੀਂ, ਹਰਿਮੰਦਰ ਸਾਹਿਬ 'ਚ ਬੈਠੇ ਸਾਡੇ ਗੁਰੂ 'ਤੇ ਆ ਗਈ ਜੀ। ਤੁਹਾਨੂੰ ਕੀ ਲੱਗਦਾ ਸਾਡੀਆਂ ਜਥੇਬੰਦੀਆਂ ਸੁੱਤੀਆਂ ਪਈਆਂ ਜੀ, ਜਾਂ ਸਾਡੇ 'ਚ ਨਿਘਾਰ ਹੀ ਏਡੇ ਵੱਡੇ ਆ ਗਿਆ ਕਿ ਸਾਨੂੰ ਇਹ ਗੱਲਾਂ ਆਮ ਲੱਗਣ ਲੱਗ ਗਈਆਂ? ਦੇਖੋ ਸਰਦਾਰ ਮਨਮੋਹਨ ਸਿੰਘ ਜੀ, ਗੱਲ ਮੁੜ ਕੇ ਫਿਰ ਉੱਥੇ ਹੀ ਆਉਂਦੀ ਹੈ, ਜੇ ਸਾਡੀ ਸੋਚ ਹੀ ਨਰੈਣੂ ਮਹੰਤ ਵਾਲੀ ਹੋ ਗਈ ਹੈ ਜੀ ਅਤੇ ਅਸੀਂ ਆਪਣੇ ਕਿਰਦਾਰ ਤੋਂ ਡਿੱਗ ਪਏ, ਆਪਣੇ ਇਖਲਾਕ ਤੋਂ ਡਿੱਗ ਪਏ, ਜੋ ਸਿੱਖੀ ਸਿਧਾਂਤ, ਜੋ ਮੌਲਿਕ ਸਿਧਾਂਤ ਗੁਰੂ ਨਾਨਕ ਸਾਹਿਬ ਨੇ ਦਸਾਂ ਜਾਮਿਆਂ 'ਚ 240 ਸਾਲ ਦਾ ਸਮਾਂ ਲਾ ਕੇ ਸਾਨੂੰ ਦਿੱਤੇ ਸੀ ਅਤੇ ਇੱਕ ਨਵੇਕਲਾ ਇਖਲਾਕ ਦਿੱਤਾ ਸੀ ਸਿੱਖ ਨੂੰ, ਜਦੋਂ ਅਸੀਂ ਛੋਟੇ ਲਾਲਚਾਂ ਬਸ ਜਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਸ ਇਖਲਾਕ ਤੋਂ ਗਿਰ ਗਏ ਤਾਂ ਫਿਰ ਇਹ ਹਾਲਾਤ ਪੈਦਾ ਹੋਏ। ਜੇ ਮਹੰਤ ਗਿਰੇ ਸੀ ਇਸ ਇਖਲਾਕ ਤੋਂ ਸਰਕਾਰੀ ਲਾਲਚ ਦੇ ਵੱਸ ਹੋ ਕੇ ਜਾਂ ਕਿਸੇ ਸਾਜ਼ਿਸ਼ ਦਾ ਸ਼ਿਕਾਰ ਹੋ ਕੇ ਤਾਂ ਇਹ ਕੁਛ ਹੋਇਆ ਸੀ ਅਤੇ ਅੱਜ ਉਹੀ ਵਰਤਾਰਾ ਅੱਜ ਵਰਤ ਰਿਹਾ। ਮੈਂ ਐਗਜ਼ਾਮਪਲ ਦਿੰਦਾ, ਜੇ ਸਿੱਖ ਅਗਵਾਹੀ ਦਿੰਦਾ ਸੀ ਕੋਰਟ ਦੇ ਵਿੱਚ, ਬ੍ਰਿਟਿਸ਼ ਕੋਰਟ ਦੇ ਵਿੱਚ, ਤਾਂ ਹੱਕ ਜਿਹੜਾ ਆ, ਜੋ ਇਨਸਾਫ ਸੀ, ਜੋ ਰੂਲਿੰਗ ਹੁੰਦੀ ਸੀ ਕੋਰਟ ਦੀ, ਤਾਂ ਉਸ ਪਾਸੇ ਹੋ ਜਾਂਦੀ ਸੀ ਵੀ ਸਿੱਖ ਨੇ ਗਵਾਹੀ ਦਿੱਤੀ, ਝੂਠ ਨਹੀਂ ਬੋਲਦਾ। ਅੱਜ ਦੀ ਹਾਲਾਤ ਇਹ ਬਣ ਗਏ ਨੇ ਕਿ ਮੈਂ ਤੁਹਾਨੂੰ ਜਿਹੜਾ ਮੌਜੂਦਾ ਹਾਲਾਤਾਂ 'ਚ ਦੱਸਦਾ ਕਿ ਜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਉਹਨਾਂ 'ਤੇ ਐਡੇ ਵੱਡੇ ਦੋਸ਼ ਕੁੜੀ ਦੀ ਹੱਤਿਆ ਕਰਨ ਦੇ ਲੱਗਦੇ ਨੇ ਔਰ ਕੋਰਟ ਦੇ ਵਿੱਚ ਸਾਬਤ ਹੁੰਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੇਲ੍ਹ ਹੁੰਦੀ ਹੈ, ਤਾਂ ਤੁਸੀਂ ਦੇਖ ਸਕਦੇ ਹਾਂ ਅਤੇ ਅਸੀਂ ਸਿੱਖੀ ਦੇ ਨੀਤੀਆਂ ਦੇ ਮੁਤਾਬਕ ਕਿੰਨਾ ਕੁ ਵਧੀਆ ਪ੍ਰਚਾਰ ਕਰ ਸਕਾਂ ਅਤੇ ਕਿੱਥੇ ਖੜਦੇ ਹਾਂ। ਇਸ ਤੋਂ ਅੱਗੇ ਚਲੋ ਸੁੱਚਾ ਸਿੰਘ ਲੰਗਾਹ, ਆ ਮੌਜੂਦਾ ਕੱਲ੍ਹ ਦੀ ਗੱਲ ਹੈ, ਸੁੱਚਾ ਸਿੰਘ ਲੰਗਾਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮੈਂਬਰ ਜਿਹੜਾ ਉਹ ਇਲਾਕੇ ਦਾ ਪ੍ਰਚਾਰਕ ਹੁੰਦਾ ਅਤੇ ਉਹਨਾਂ ਦੀਆਂ ਜੇ ਅਸ਼ਲੀਲ ਵੀਡੀਓ ਅੱਜ ਸਾਹਮਣੇ ਆਉਂਦੀਆਂ ਅਤੇ ਸਾਡੇ ਕਿਰਦਾਰ ਦੀ ਜਿਹੜੀ ਇਹ ਜਿਉਂਦੀ ਜਾਗਦੀ ਮਿਸਾਲ ਮੌਜੂਦ ਹੈ ਇਹਨਾਂ ਲੋਕਾਂ ਦੀ, ਹੈ ਕਿਸੇ ਪਾਸੇ ਨੂੰ ਜਾ ਰਹੇ ਹੈ। ਇਸ ਤੋਂ ਇਲਾਵਾ ਅੱਗੇ ਚਲੋ, ਜਿਹੜੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ, ਇੱਕ ਸ਼੍ਰੀ ਅਕਾਲ ਤਖਤ ਸਾਹਿਬ ਜਿਹੜੇ ਨੇ ਉਹ ਸਿੱਖ ਸਫਾਂ ਦੇ ਵਿੱਚ, ਸਿੱਖ ਕੌਮ ਦੇ ਵਿੱਚ ਅਤਿ ਦਰਜੇ ਦਾ ਜਿਹੜਾ ਸਤਿਕਾਰ ਸਿਰਮੌਰ ਪੁਜੀਸ਼ਨ ਹੈ, ਠੀਕ ਹੈ ਜੀ। ਇਸੇ ਤਰੀਕੇ ਦੇ ਨਾਲ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾ ਚਾਹੁੰਦਿਆਂ ਹੋਇਆਂ
ਇਹ ਹਾਲਾਤਾਂ ਨੂੰ ਔਰ ਇਹ ਸਾਰੇ ਇੰਸੀਡੈਂਟਸ ਨੂੰ ਮੁੱਖ ਰੱਖ ਕੇ ਸਾਨੂੰ ਦੁਖੀ ਹਿਰਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ 'ਤੇ ਨਜਾਇਜ਼ ਜਿਹੜੀ ਆ ਉਹ ਜਾਇਦਾਦਾਂ ਬਣਾਉਣ ਦੇ ਦੋਸ਼ ਲੱਗ ਰਹੇ ਨੇ ਔਰ ਸੌਦਾ ਸਾਧ ਵਰਗੇ ਪੰਥ ਦੋਖੀਆਂ ਨੂੰ ਮਿਲੀ ਭੁਗਤ ਦੇ ਨਾਲ ਉਹਨਾਂ ਨੂੰ ਮੁਆਫ਼ੀਨਾਮੇ ਦੇ ਦੇਣ ਦੀਆਂ ਗੱਲਾਂ ਚੱਲਦੀਆਂ ਨੇ ਅਤੇ ਆਪਾਂ ਕੀ ਕਹਾਂਗੇ ਕਿ ਸਾਡੇ ਹਾਲਾਤ ਕਿਵੇਂ ਸੁਧਰਨਗੇ ਅਤੇ ਇਹ ਇਹ ਸੁਭਾਵਿਕ ਹੈ ਕਿ ਇਹੋ ਜਿਹੀਆਂ ਸਥਿਤੀਆਂ ਜਿਹੜੀਆਂ ਦਰਪੇਸ਼ ਜਿਹੜੀਆਂ ਮੁਸ਼ਕਲਾਂ ਕੌਮ ਦੇ ਸਾਹਮਣੇ ਆ ਜਾਣੀਆਂ ਜੇ ਸਾਡੀਆਂ ਇਹ ਇੰਸਟੀਟਿਊਸ਼ਨਸ ਜਿਹੜੀਆਂ ਸਿੱਖੀ ਸਿਧਾਂਤ ਦੇ ਮੁਤਾਬਕ ਨਹੀਂ ਕੰਮ ਕਰਦੀਆਂ। ਇਹੀ ਰੀਜ਼ਨ ਹੈ ਕਿ ਅਸੀਂ ਅੱਜ ਜਿਹੜੀਆਂ ਸੰਸਥਾਵਾਂ ਨੇ ਕੌਮ ਦੀਆਂ ਗਤੀਵਿਧੀਆਂ ਨੂੰ ਕੰਟਰੋਲ ਕਰਨਾ ਸੀ ਉਹਨਾਂ ਦੇ ਉੱਤੇ ਕੌਮ ਦੀ ਨੀਤੀ ਲਾਗੂ ਨਹੀਂ ਹੈ ਬਲਕਿ ਦੁਸ਼ਮਣ ਦੀ ਨੀਤੀ ਜਿਹਦੇ ਵਿੱਚ RSS ਔਰ ਇੰਡੀਅਨ ਸਟੇਟ ਆਪਾਂ ਕਹਿ ਸਕਦੇ ਹਾਂ ਬਾਦਲ ਦੇ ਥਰੂ ਉਹ ਸਾਰੀ ਨੀਤੀ ਅੱਜ ਸਾਡੀਆਂ ਸੰਸਥਾਵਾਂ ਦੇ ਵਿੱਚ ਲਾਗੂ ਹੋ ਰਹੀ ਹੈ ਅਤੇ ਆਪਾਂ ਕੌਮ ਦੀ ਭਲਾਈ ਕਿੱਥੋਂ ਲੱਭਾਂਗੇ ਜੀ। ਅਰਸ਼ਵੀਰ ਸਿੰਘ ਜੀ, ਸੌਦਾ ਸਾਧ ਦੀ ਗੱਲ ਹੋਈ ਜੀ, ਹਨੀਪ੍ਰੀਤ ਵਾਲੇ ਬਾਬੇ ਦੀ, ਬਾਬੇ ਨੂੰ ਬਿਨਾਂ ਮੰਗੀ ਮਾਫ਼ੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਦੇ ਦਿੱਤੀ ਜੀ। ਆਪਾਂ ਨੂੰ ਸਾਰਿਆਂ ਨੂੰ ਉਸ ਗੱਲ ਦਾ ਪਤਾ, ਉਹਦੇ ਲਈ ਕਿੰਨੇ ਖ਼ਬਰਾਂ ਆਈਆਂ ਕਿ ਪੈਸੇ ਲਏ ਗਏ, ਪ੍ਰਭਾਵ ਸੀ, ਸਰਕਾਰਾਂ ਨੇ ਸੱਦ ਕੇ ਕਿਸੇ ਐਕਟਰ ਦੀ ਕੋਠੀ ਦੇ ਵਿੱਚ ਜਥੇਦਾਰ ਨੂੰ ਬੁਲਾਇਆ, ਉੱਥੇ ਬੁਲਾਵਾ ਦਿੱਤਾ ਜਾਂਦਾ, ਜਥੇਦਾਰ ਦੇ ਹੁਕਮ ਨਹੀਂ ਚੱਲਦੇ। ਉਹ ਮਹਾਰਾਜਾ ਰਣਜੀਤ ਸਿੰਘ ਸੀ ਜਿਹੜਾ ਕੋਰਟ ਦੇਖਣ ਲਈ ਤਿਆਰ ਹੋ ਗਿਆ ਸੀ, ਪਰ ਅੱਜ ਜਥੇਦਾਰ ਨੂੰ ਸੱਦਿਆ ਜਾਂਦਾ ਵੀ ਆ ਕੇ ਇੱਥੇ ਮਾਫ਼ੀ ਦਿਓ ਜੀ ਇਹਨੂੰ। ਹੁਣ ਜੇ ਅੱਜ ਸੱਚੇ ਸੌਦੇ ਵਾਲਾ ਬਾਬਾ ਉਹ ਬਾਹਰ ਹੁੰਦਾ, ਉਹਨੂੰ ਦੁਨਿਆਵੀ ਅਦਾਲਤ ਸਜ਼ਾ ਨਾ ਕਰਦੀ, ਤਾਂ ਅੱਜ ਦੀ ਪੁਜੀਸ਼ਨ ਅੱਜ ਵਰਗੀ ਹੋਣੀ ਸੀ ਕਿ ਤੁਹਾਨੂੰ ਕੀ ਲੱਗਦਾ? ਬਿਲਕੁਲ ਨਹੀਂ, ਕਿਉਂਕਿ ਜਿਹੜੀ ਤੁਸੀਂ ਹੁਣ ਅੱਜ ਕੈਪਟਨ ਅਮਰਿੰਦਰ ਸਿੰਘ ਦਾ ਰੋਲ ਵੇਖ ਲਓ ਜੀ, ਇਸ ਸਿਚੁਏਸ਼ਨ ਤੁਸੀਂ ਕਿਸੇ ਨੂੰ ਫਾਰਗ ਨਹੀਂ ਕਰ ਸਕਦੇ, ਨਾ ਤੁਸੀਂ ਪਿਛਲੇ ਪ੍ਰਕਾਸ਼ ਸਿੰਘ ਬਾਦਲ ਵਾਲੇ ਨੂੰ, ਨਾ ਹੁਣ ਨੂੰ। ਇਹ ਇੱਕ ਵੋਟਾਂ ਦੀ ਰਾਜਨੀਤੀ ਹੋ ਰਹੀ ਹੈ ਦੇਸ਼ ਦੇ ਵਿੱਚ, ਵੋਟਾਂ ਕਿਹੜੇ ਕੋਲ ਜਾ ਰਹੀਆਂ। ਬਾਦਲ ਪਰਿਵਾਰ ਨੂੰ ਇਹ ਪਤਾ ਲੱਗ ਗਿਆ ਕਿ ਸਿੱਖ ਵੋਟ ਹੁਣ ਮੇਰੇ ਨਾਲ ਨਹੀਂ, ਉਹਨਾਂ ਨੇ ਵੋਟਾਂ ਦੀ ਰਾਜਨੀਤੀ ਦੇ ਵਿੱਚ ਇੱਕ ਵੱਡੇ ਧੜੇ ਦੀਆਂ ਵੋਟਾਂ ਆਪਣੇ ਨਾਲ ਜੋੜਨ ਲਈ ਸੌਦਾ ਸਾਧ ਦੇ ਨਾਲ ਇੱਕ ਸਮਝੌਤਾ ਕੀਤਾ। ਤੁਸੀਂ ਵੇਖੋ ਕਿ ਮੈਨੂੰ ਬਹੁਤ ਦੁੱਖ ਮਹਿਸੂਸ ਹੋਇਆ, ਮੈਂ ਇੱਕ ਪਾਰਲੀਮੈਂਟ ਦੇ ਵਿੱਚ ਪ੍ਰੇਮ ਸਿੰਘ ਚੰਦੂ ਮਾਜਰਾ, ਜਿਹਨੂੰ ਹੁਣ ਕੇਵਲ ਚੰਦੂ ਹੀ ਤੁਸੀਂ ਕਹਿ ਲੈਂਦੇ ਹੋ, ਜ਼ਿਆਦਾ ਬੈਟਰ ਹੈ, ਚੰਦੂ ਨੇ ਇੱਕ ਬਿਆਨ ਦਿੱਤਾ, ਕਹਿੰਦਾ ਵੀ ਬਰਗਾੜੀ ਦੇ ਵਿੱਚ ਜਿਹੜੇ ਮੋਰਚੇ ਦੇ ਵਿੱਚ ਲੋਕ ਬੈਠੇ ਨੇ, ਵੇਖੋ ਕਿੱਡੇ ਕਮਾਲ ਦੀ ਗੱਲ ਹੈ, ਉਹਨਾਂ ਨੇ ਉਹਨਾਂ ਨੂੰ ਟੈਂਟ ਲੱਗਾ ਹੋਇਆ, ਉੱਥੇ ਪਾਣੀ ਦੀ ਸਹੂਲਤ ਮਿਲ ਰਹੀ ਉਹਨਾਂ ਨੂੰ, ਮਤਲਬ ਇੰਨੇ ਨੀਵੇਂ ਪੱਧਰ 'ਤੇ ਉਹਨੇ ਜਾ ਕੇ ਗੱਲ ਕੀਤੀ ਕਿ ਉਹਨਾਂ ਨੂੰ ਉੱਥੇ ਪਾਣੀ ਵੀ ਨਹੀਂ ਮਿਲਣਾ ਚਾਹੀਦਾ, ਸਿੱਖਾਂ ਨੂੰ ਬੇਸਿਕਲੀ ਸਿੱਖਾਂ ਨੂੰ ਪਾਣੀ ਨਹੀਂ ਮਿਲਣਾ ਚਾਹੀਦਾ, ਉਹਨਾਂ ਨੂੰ ਉੱਥੇ ਟੈਂਟ ਨਹੀਂ ਧੁੱਪੇ ਬਿਠਾਉਣੇ ਚਾਹੀਦੇ ਨੇ ਵੀ ਇਹ ਮਤਲਬ ਕੋਈ ਗਲਤ ਕੰਮ ਕਰ ਰਹੇ ਨੇ ਇੱਥੇ ਬੈਠੇ। ਫਿਰ ਜਿੰਨੀ ਅਕਾਲੀ ਲੀਡਰਸ਼ਿਪ ਹੈ ਉਹ ਤੁਹਾਨੂੰ ISI ਦੀ ਏਜੰਟ ਦੱਸ ਰਹੀ ਹੈ, ਇਹ ਇੱਕ ਹੋਰ ਵੱਡਾ ਹੋਏ। ਸੋ ਇਹ ਇੱਕ ਵੋਟਾਂ ਦੀ ਰਾਜਨੀਤੀ ਹੈ, ਡੇਰੇ ਸੱਚੇ ਸੌਦੇ ਵਾਲਾ ਜੇ ਕਿਤੇ ਬਾਹਰ ਹੁੰਦਾ ਇਹਨਾਂ ਨੇ ਕਿਸੇ ਨੇ ਚੂ ਨਹੀਂ ਸੀ ਕਰਨੀ। ਕਿਉਂਕਿ ਜਦੋਂ ਬਾਬਾ ਗੁਫਾ ਦੇ ਵਿੱਚ ਸੀ ਜੀ, ਉਦੋਂ ਸਾਡੇ ਅਕਾਲੀ ਲੀਡਰ ਵੀ, ਕਾਂਗਰਸੀ ਲੀਡਰ ਵੀ, ਈਵਨ ਨਵੀਂ ਬਣੀ ਪਾਰਟੀ ਦੇ ਲੀਡਰ ਵੀ ਉਹਦੀ ਚੌਂਕੀ ਭਰਦੇ ਰਹੇ ਨੇ। ਹੁਣ ਬਾਬਾ ਅੰਦਰ ਹੋਣ ਨਾਲ ਗੱਲਾਂ ਬਾਬੇ ਦੇ ਦੁਆਲੇ ਘੁੰਮਣ ਲੱਗ ਗਈਆਂ, ਕਿਉਂਕਿ ਇਸ ਕੇਸ ਦੇ ਵਿੱਚ ਇਹ ਗੱਲ ਡੇ 1 ਤੋਂ ਹੀ ਹੈਗੀ ਆ ਕਿ ਕਿਤੇ ਨਾ ਕਿਤੇ ਹੱਥ ਸਰਸੇ ਵਾਲਿਆਂ ਦਾ ਸੀਗਾ ਜੀ, ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਕਰਨ 'ਚ, ਜਾਂ ਜਿਹੜਾ ਉਹਨਾਂ ਨੇ ਪੋਸਟਰ ਲਿਖ ਕੇ ਲਾਇਆ ਸੀਗਾ ਕਿ ਸਾਡੇ ਕੋਲ ਸਰੂਪ ਹੈਗਾ ਤੁਸੀਂ ਲੱਭ ਲਓ ਜੋ ਕਰਨਾ ਉਹ ਕਰ ਲਓ, ਫਿਰ ਉਹਦੇ ਅੰਗ ਖਿਲਾਰਨ ਦੀ ਗੱਲ ਆਈ ਜੀ। ਹੁਣ ਕਹਾਣੀ ਇਹ ਆ ਕਿ ਇੰਨੀ ਉਲਝੀ ਤਾਣੀ ਦੇ ਵਿੱਚ ਦੋ ਰਿਪੋਰਟਾਂ ਸਾਡੇ ਸਾਹਮਣੇ ਆਈਆਂ ਜੀ, ਇੱਕ ਜਸਟਿਸ ਜੋਰਾ ਸਿੰਘ ਦੀ ਅਤੇ ਦੂਸਰੀ ਜਸਟਿਸ ਰਣਜੀਤ ਸਿੰਘ ਦੀ। ਮੰਨ ਲਓ ਪੰਜ ਚਾਰ ਥਾਣੇਦਾਰਾਂ ਨੂੰ, ASI ਨੂੰ, ਕਿਸੇ ਪੁਲਿਸ ਮੁਖੀ ਨੂੰ 5 ਸਾਲ ਦੀ ਸਜ਼ਾ ਹੋ ਜਾਵੇ, ਫਿਰ ਸਿੱਖ ਸੈਂਟੀਮੈਂਟ ਜਿਹੜੇ ਹੈਗੇ ਸਾਨੂੰ ਸੰਤੁਸ਼ਟੀ ਹੋ ਜਾਊਗੀ, ਚਲੋ ਠੀਕ ਹੈ ਮਸਲਾ ਹੱਲ ਹੋ ਗਿਆ। ਇਹਦੇ ਵਿੱਚ ਤੁਹਾਡੇ ਦੋ ਕੁਐਸਚਨ ਨੇ ਜੀ। ਜੀ, ਸਭ ਤੋਂ ਪਹਿਲਾਂ ਤਾਂ ਇਹ ਹੈ ਕਿ ਜਦੋਂ ਗੁਫਾ ਦੇ ਵਿੱਚ ਸੀ ਤਾਂ ਉਹਦਾ ਜ਼ੋਰ ਸੀ ਅਤੇ ਹੁਣ ਉਹ ਅੰਦਰ ਚਲੇ ਗਿਆ ਅਤੇ ਕਿਵੇਂ, ਮੈਂ ਇਹਨੂੰ ਇਸ ਚੀਜ਼ ਨਾਲ ਦੇਖਦਾ ਜੀ ਕਿ ਇਹ ਸਾਰੀ ਮੈਂ ਜਿਹੜਾ ਸੌਦਾ ਸਾਧ ਸੀ ਉਹ ਤਾਂ ਇੱਕ ਸਰਕਾਰੀ ਸਾਂਝ ਸੀਗਾ ਕਿ ਕਿਸਮ ਦਾ, ਔਰ ਉਹ ਸਾਰੀ ਵੋਟਾਂ ਦੀ ਰਾਜਨੀਤੀ ਉਸ ਮੌਕੇ 'ਤੇ ਜਿਹੜੀ ਆ ਬਾਦਲ ਗੌਰਮੈਂਟ ਨੇ ਕੀਤੀ ਹੈ। ਹੁਣ ਇੱਕ ਗੱਲ ਮੈਂ ਤੁਹਾਨੂੰ ਕਲੀਅਰ ਕਰਦਾ, ਇੱਥੇ ਅੱਜ ਦੀ ਡੇਟ ਦੇ ਵਿੱਚ ਸੁਖਬੀਰ ਸਿੰਘ ਬਾਦਲ ਆ ਰੀਸੈਂਟਲੀ ਉਹਨੇ ਇਹ ਗੱਲ ਕੀਤੀ ਹੈ ਕਿ ਮੈਂ ਦਾਦੂਵਾਲ ਦੇ ਸਾਰੀ ਜਿਹੜੀ ਹੈ ਉਹ ਸਾਹਮਣੇ ਲਿਆਉਣਾ ਗੱਲ ਵੀ ਕਿੱਥੇ ਗਿਆ, ਕਿਹੜੀ ਗੱਡੀ 'ਚ ਗਿਆ ਅਤੇ ਕਿਹਨੂੰ ਮਿਲਿਆ ਅਤੇ ਕਿੰਨੇ ਵਜੇ ਮਿਲਿਆ, ਹਾਂਜੀ। ਹਾਲਾਂਕਿ ਸੁਖਬੀਰ ਬਾਦਲ ਅੱਜ ਗੌਰਮੈਂਟ ਦੇ ਵਿੱਚ ਨਹੀਂ ਹੈ ਜੀ, ਜਿੱਦਣ ਸੁਖਬੀਰ ਬਾਦਲ ਗੌਰਮੈਂਟ ਦੇ ਵਿੱਚ ਸੀ ਸਾਰੀ ਮਸ਼ੀਨਰੀ ਸਾਰਾ ਢਾਂਚਾ ਉਹਦੇ ਮੁਤਾਬਕ ਚੱਲਦਾ ਸੀ, ਸਾਰੀਆਂ ਇਨਵੈਸਟੀਗੇਸ਼ਨ ਏਜੰਸੀਜ਼ ਉਹਦੇ ਕੰਟਰੋਲ 'ਚ ਸੀਗੀਆਂ। ਉਸ ਦਿਨ ਸੁਖਬੀਰ ਸਿੰਘ ਬਾਦਲ ਨੂੰ ਜਿਹੜੀ ਹੈ 1 ਜੂਨ ਤੋਂ ਲੈ ਕੇ
24 अक्तूबर तक कुछ नहीं पता लगे, श्री गुरु ग्रंथ साहब जी के संबंध के बेअदबी के संबंध च कुछ नहीं लभ्या सरकारी तंत्र नूं जी। ਤੇ ਅੱਜ ਦਾਦੂਵਾਲ ਦੇ ਦਸਾਂ ਦਿਨਾਂ ਦੇ ਵਿੱਚ ਦਾਦੂਵਾਲ ਦੇ ਫੋਨ ਟੈਪ ਵੀ ਹੋ ਗਏ ਤੇ ਉਹਦੀਆਂ ਬੱਸਾਂ ਕਿੱਧਰੋਂ ਗਿਆ, ਕਿੱਥੇ ਮੀਟਿੰਗ ਕੀਤੀ ਸਾਰੀ। ਸੋ ਇਹ ਸਾਰੀ ਰਾਜਨੀਤੀ ਹੈ ਜੀ, ਬਾਦਲ ਨੇ ਪੂਰੀ ਰਾਜਨੀਤੀ ਕੀਤੀ ਹੈ, ਉਹਨੇ ਸੌਦਾ ਸਾਹਿਬ ਨੂੰ ਬਚਾਉਣ ਦਾ ਅਤੇ ਆਪਣੀਆਂ ਵੋਟਾਂ ਸੇਵ ਕਰਨ ਦਾ ਯਤਨ ਕੀਤਾ। ਇਕਨੈਰ ਸਿੰਘ ਜੀ, ਆਪਾਂ ਗੱਲ ਕਰਦੇ ਸੀਗੇ ਕਿ ਦਾਦੂਵਾਲ ਕਿੱਥੇ ਗਿਆ, ਕਿੱਥੇ ਰੋਟੀ ਖਾਧੀ, ਕਿੱਥੇ ਗੱਡੀ ਖੜੀ ਕੀਤੀ, ਇਹ ਸੁਖਬੀਰ ਨੂੰ ਪਤਾ ਜਦੋਂ ਓਪੋਜੀਸ਼ਨ 'ਚ ਵੀ ਨਹੀਂ ਕਿਤੇ ਨਹੀਂ ਹੈਗਾ ਜੀ, ਉਹਨੇ ਸਾਰਾ ਕੁਛ ਲੱਭ ਲਿਆ, ਪੇਪਰ ਕੱਢ ਕੇ ਟੇਬਲ 'ਤੇ ਰੱਖੀ ਜਾ ਰਹੇ ਹੋ ਜੀ। ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇੰਨੇ ਮਹੀਨੇ ਲੰਘ ਗਏ, ਇਹਨਾਂ ਦੀ ਸਰਕਾਰ ਸੀ, ਇਹਨਾਂ ਨੂੰ ਕੁਛ ਨਹੀਂ ਪਤਾ ਲੱਗਿਆ। ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਹੋਇਆ, ਅੰਗ ਖਿਲਾਰੇ ਗਏ ਨੇ, ਦੋ ਬੰਦੇ ਸ਼ਹੀਦ ਵੀ ਹੋ ਗਏ, ਗੋਲੀ ਕਿੱਥੋਂ ਆਈ, ਕਹਿੰਦੇ ਵੀ ਅਣਪਛਾਤੀ ਪੁਲਿਸ ਦੀ ਗੋਲੀ ਸੀਗੀ, ਸਾਨੂੰ ਪਤਾ ਨਹੀਂ ਕਿਹਦੀ ਗੋਲੀ ਸੀਗੀ। ਹੁਣ ਅਸੀਂ ਹੁਣ ਇਹਨੂੰ ਦੇਖੀਏ ਵੀ ਜੇ ਕਿਸੇ ਬੰਦੇ ਨੂੰ 5 ਸਾਲ ਦੀ ਸਜ਼ਾ ਹੋ ਜਾਵੇ ਇਸ ਮਾਮਲੇ 'ਚ, ਵੀ ਫਿਰ ਸਿੱਖਾਂ ਨੂੰ ਸੰਤੁਸ਼ਟੀ ਹੋ ਜੂਗੀ? ਮੇਰੇ ਖਿਆਲ ਮੁਤਾਬਕ ਬਿਲਕੁਲ ਨਹੀਂ ਹੋਈ ਹੋਣੀ। ਉਹਦਾ ਰੀਜ਼ਨ ਇਹ ਹੈ ਕਿ ਦੇਖੋ, ਅੱਜ ਜਿਹੜੀ ਹੈ ਉਹ ਡੈਮੋਕ੍ਰੇਸੀ ਹੈ ਜੀ, ਠੀਕ ਹੈ ਜੀ। ਡੈਮੋਕ੍ਰੇਸੀ ਦੇ ਵਿੱਚ ਸੁਭਾਵਿਕ ਹੈ ਡੈਮੋਕ੍ਰੈਟਿਕ ਟੂਲ ਹੀ ਵਰਤੇ ਜਾਣਗੇ। ਬਿਲਕੁਲ, ਇਹ ਜਿਹੜੀ ਬੇਅਦਬੀ ਹੋਈ ਹੈ ਔਰ ਜਿਹੜੇ ਦੋ ਸਿੰਘਾਂ ਦੀਆਂ ਸ਼ਹੀਦੀਆਂ ਹੋਈਆਂ ਨੇ ਜੀ, ਅਤੇ ਔਰ ਸੌਦਾ ਸਾਹਿਬ ਦੀ ਜਿਹੜੀ ਸਜ਼ਾ ਦੀ ਗੱਲ ਹੈ, ਇਹ ਇੱਕ ਧਾਰਮਿਕ ਇਸ਼ੂ ਹੈ, ਧਾਰਮਿਕ ਕ੍ਰਾਈਮ ਆ। ਬਿਲਕੁਲ, ਲੋਕਾਂ ਦੇ ਧਾਰਮਿਕ ਭਾਵਾਂ ਜੁੜੀਆਂ ਹੋਈਆਂ ਨੇ। ਸੋ ਹਰ ਇੱਕ ਧਰਮ ਦੇ ਆਪਣੇ ਕਾਇਦੇ ਕਾਨੂੰਨ ਹੁੰਦੇ ਨੇ। ਬਿਲਕੁਲ, ਠੀਕ ਹੈ ਜੀ। ਸੋ ਸਿੱਖ ਧਰਮ ਦਾ ਵੀ ਆਪਣਾ ਕਾਇਦਾ ਕਾਨੂੰਨ ਹੈ। ਸੋ ਜਿਹੜੀ ਬੇਅਦਬੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਹੈ ਔਰ ਸੌਦਾ ਸਾਧ ਔਰ ਉਹਦੇ ਜਿਹੜੇ ਚੇਲੇ ਚੱਪੇ ਨੇ, ਪੈਰੋਕਾਰਾਂ ਨੇ ਕੀਤੀ ਹੈ, ਉਸ ਸੰਬੰਧ ਦੇ ਵਿੱਚ ਜੇ ਅਸੀਂ ਗੁਰੂ ਸਾਹਿਬ ਨੂੰ ਪੁੱਛੀਏ, ਜੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੋਈ ਕਰਦਾ ਉਹਨੂੰ ਕੀ ਸਜ਼ਾ ਹੋਣੀ ਚਾਹੀਦੀ ਹੈ, ਤਾਂ ਗੁਰੂ ਸਾਹਿਬ ਦਾ ਸਟੇਟ ਫਾਰਵਰਡ ਜਿਹੜਾ ਕਾਨੂੰਨ ਹੈ, ਗੁਰ ਕੀ ਨਿੰਦਾ ਸੁਣੈ ਨਾ ਕਾਨ, ਭੇਟਾ ਸੰਗ ਕਰੇ ਕਿਰਪਾਨ ਜੀ, ਠੀਕ ਹੈ ਜੀ। ਸੋ ਪਰ ਅੱਜ ਦੇ ਡੈਮੋਕ੍ਰੈਟਿਕ ਰੂਲਿੰਗ ਦੇ ਵਿੱਚ ਸਾਨੂੰ ਡੈਮੋਕ੍ਰੈਟਿਕ, ਜਿਵੇਂ ਮੈਂ ਪਹਿਲਾਂ ਕਿਹਾ ਵੀ, ਟੂਲ ਵਰਤਣੇ ਪੈਣੇ ਆ। ਸੋ ਹੁਣ ਇਹ ਮੌਜੂਦਾ ਸਰਕਾਰਾਂ ਨੇ ਦੇਖਣਾ ਕਿ ਉਹਨਾਂ ਨੂੰ ਕਿਹੋ ਜਿਹੀ ਸਜ਼ਾ ਦੇਣੀ ਹੈ, ਅਤੇ ਜਿਹਦੇ ਨਾਲ ਜਿਹੜਾ ਧਾਰਮਿਕ ਕਾਇਦਾ ਕਾਨੂੰਨ ਵੀ ਸੈਟਿਸਫਾਈਡ ਹੋਵੇ। ਬਿਲਕੁਲ ਜੀ, ਇਹ ਉਹਨਾਂ ਨੂੰ ਹੁਣ ਦੇਖਣਾ ਚਾਹੀਦਾ ਆ ਕਿ ਅਸੀਂ ਜਿਹੜਾ ਧਾਰਮਿਕ ਜਿਹੜਾ ਕਾਇਦਾ ਕਾਨੂੰਨ ਹੈ ਉਹਨੂੰ ਵੀ ਸੈਟਿਸਫਾਈਡ ਕਰਨਾ ਅਤੇ ਡੈਮੋਕ੍ਰੈਟਿਕ ਟੂਲ ਨੂੰ ਵੀ ਸੈਟਿਸਫਾਈਡ ਕਰਨਾ। ਸੋ ਜਿਵੇਂ ਤੁਸੀਂ ਕਿਹਾ ਜੇ 5-7 ਸਾਲ ਦੀ 10 ਸਾਲ ਦੀ ਸਜ਼ਾ ਹੁੰਦੀ ਹੈ, ਮੈਂ ਸਮਝਾਂ ਵੀ ਇਹਦੇ ਨਾਲ ਧਾਰਮਿਕ ਕਾਇਦਾ ਕਾਨੂੰਨ ਜਿਹੜਾ ਆ ਉਹ ਸੈਟਿਸਫਾਈਡ ਨਹੀਂ ਹੈ, ਅਤੇ ਨਾ ਹੀ ਜਿਹੜੇ ਆ ਸਿੱਖ ਕੌਮ ਦੇ ਲੋਕਾਂ ਦੇ ਜਿਹੜੇ ਹਿਰਦੇ ਜਿਹੜੇ ਨੇ ਉਹ ਸ਼ਾਂਤ ਹੋਣਗੇ। ਹੁਣ ਲੇਟਲੀ ਜੀ, ਕੱਲ੍ਹ ਪਰਸੋਂ ਦੀਆਂ ਖਬਰਾਂ ਸੀਗੀਆਂ ਕਿ ਇੱਕ ਜਥੇਦਾਰ ਨੇ, ਭੁੰਦੜ ਨੇ, ਬਾਦਸ਼ਾਹ ਦਰਵੇਸ਼ ਪ੍ਰਕਾਸ਼ ਸਿੰਘ ਬਾਦਲ ਲਈ ਇਹ ਸ਼ਬਦ ਵਰਤ ਲਿਆ ਜੀ। ਚਲੋ, ਉਹਨਾਂ ਨੇ ਮਾਫ਼ੀ ਮੰਗ ਲਈ, ਤਨਖਾਹ ਲਈ ਗਈ ਉਹਨਾਂ ਨੂੰ, ਪਰ ਕੀ ਸਾਡੇ ਜਥੇਦਾਰ ਇੰਨੇ ਮਤਲਬ ਥੱਲੇ ਲੈਵਲ ਦੇ ਆ ਕਿ ਇਹਨਾਂ ਨੂੰ ਇਹ ਨਹੀਂ ਪਤਾ ਇਹ ਸ਼ਬਦਾਵਲੀ ਕਿਹਦੇ ਨਾਲ ਵਰਤੀ ਜਾਣੀ ਆ, ਜਾਂ ਇਹਨਾਂ ਦਾ ਲੈਵਲ ਹੀ ਹੈ ਨਹੀਂ ਗਾ ਵੀ ਇੱਕ ਜਥੇਦਾਰ ਬਣਾਏ ਹੋਏ ਆ ਫੜ ਧੜ ਕੇ, ਇਹਨਾਂ ਨੂੰ ਕੁਛ ਨਹੀਂ ਪਤਾ, ਜਿਹਨੂੰ ਮੂਹਰੇ ਦੇਖਦੇ ਉਹਦੀ ਪੂਜਾ ਕਰਨ ਲੱਗ ਜਾਂਦੇ ਆ। ਕੀ ਸਮਝਦੇ ਹਰਸ਼ਵੀਰ ਸਿੰਘ ਜੀ? ਇਹਦੇ ਵਿੱਚ ਆਪਾਂ ਨੂੰ ਇਹ ਵੇਖਣਾ ਪਏਗਾ ਵੀ ਇਹ ਜਿਹੜੇ ਜਿੰਨੀਆਂ ਵੀ ਹੁਣ ਤੱਕ ਦੀਆਂ ਘਟਨਾਵਾਂ ਆਈਆਂ, ਇਕੱਲੀ ਇਹਨਾਂ ਦੇ ਮੂੰਹ ਨਹੀਂ, ਇਹਨਾਂ ਦੀ ਜ਼ੁਬਾਨ ਨਹੀਂ ਫਿਸਲੀ, ਇਹ ਇੱਕ ਨਿਗਾਰ ਦੀ ਨਿਸ਼ਾਨੀ ਹੈ ਵੀ ਜਦੋਂ ਤੁਹਾਡੀ ਸੋਚ ਜਿਹੜੀ ਸੁਰਤ ਹੈ ਉਹ ਮਾਇਆ ਦੇ ਰਾਜਨੀਤਿਕ ਪਦਵੀਆਂ ਦੇ ਦੁਆਲੇ ਘੁੰਮ ਰਹੀ ਹੈ, ਤਾਂ ਉਦੋਂ ਇਹੋ ਜਿਹੀਆਂ ਜਿਹੜੀਆਂ ਧਾਰਮਿਕ ਗਲਤੀਆਂ ਹੋਣੀਆਂ ਸੁਭਾਵਿਕ ਨੇ। ਜਿੱਦਾਂ ਹੁਣ ਇਹਨਾਂ ਨੇ ਭੁੰਦੜ ਹੋਣਾ ਦੀ ਗੱਲ ਕੀਤੀ ਕਿ ਉਹਨਾਂ ਨੇ ਬਾਦਸ਼ਾਹ ਦਰਵੇਸ਼ ਕਹਿਤਾ, ਇਸ ਤੋਂ ਪਹਿਲਾਂ ਜਿਹੜਾ ਹੈਗਾ ਮਜੀਠੀਏ ਨੇ ਵੀ ਇਹ ਗਲਤੀ ਕੀਤੀ ਸੀ, ਠੀਕ ਹੈ, ਉਹਨੇ ਵੀ ਮਤਲਬ ਉਹਦੀ ਵੀ ਜ਼ਬਾਨ ਟਪਲਾ ਕਰ ਦਿੱਤੀ। ਇਹ ਇੱਕ ਨਿਗਾਰ ਦੀਆਂ ਨਿਸ਼ਾਨੀਆਂ ਨੇ, ਜਿਵੇਂ ਮੈਂ ਪਹਿਲਾਂ ਦੱਸਿਆ ਕਿ ਚੰਦੂ ਮਾਜਰਾ ਪਾਰਲੀਮੈਂਟ 'ਚ ਬੋਲ ਰਿਹਾ, ਠੀਕ ਹੈ, ਇਹ ਇਹ ਇੱਕ ਨਿਗਾਰ ਦੀਆਂ ਨਿਸ਼ਾਨੀਆਂ, ਮਾਨਸਿਕ ਤੌਰ 'ਤੇ ਨਿਗਾਰ 'ਚ ਚਲੇ ਗਏ ਹੋਏ ਨੇ। ਅਤੇ ਜਿਹੜੀ ਗੱਲ ਮਾਨ ਸਾਹਿਬ ਕਰਦੇ ਸੀ, ਮੈਂ ਉਹਦੇ 'ਚ ਇੱਕ ਅਡੀਸ਼ਨ ਕਰਨਾ ਚਾਹੁੰਦਾ ਕਿ ਜਿਹੜਾ ਸਜ਼ਾ ਕਿਵੇਂ ਦੀ ਹੋਣੀ ਚਾਹੀਦੀ, ਸਜ਼ਾ ਜਦੋਂ ਮਸੰਦ ਗੈਰ ਇਖਲਾਕੀ ਹੋ ਗਏ ਸਨ ਅਤੇ ਉਦੋਂ ਕੀ ਸਜ਼ਾ ਦਿੱਤੀ ਗਈ ਸੀ, ਨਰਾਇਣੂ ਨੂੰ ਕੀ ਸਜ਼ਾ ਦਿੱਤੀ ਗਈ ਸੀ, ਇੰਦਰਾ ਗਾਂਧੀ ਨੂੰ ਖਾਲਸਾ ਪੰਥ, ਇਹ ਖਾਲਸਾ ਪੰਥ ਦੀਆਂ ਨਿਯਤ ਕੀਤੀਆਂ ਸਜ਼ਾਵਾਂ ਨੇ। ਜਦੋਂ ਗੁਰੂ 'ਤੇ ਆ ਗਈ ਗੱਲ, ਫਿਰ ਖਾਲਸਾ ਪੰਥ ਆਪਣੀ ਰਵਾਇਤ, ਇੱਕ ਕੌਨਸਟੀਟਿਊਸ਼ਨ ਦੇਸ਼ ਦਾ ਆ, ਠੀਕ ਆ, ਪਰ ਜਿੱਥੇ ਖਾਲਸਾ ਪੰਥ ਦੇ ਗੁਰੂ ਦੀ ਗੱਲ ਆ ਗਈ, ਫਿਰ ਇੱਕ ਗੁਰੂ ਗ੍ਰੰਥ ਸਾਹਿਬ ਦਾ ਵੀ ਕੌਨਸਟੀਟਿਊਸ਼ਨ ਸਿੱਖ ਲਈ ਹੈ। ਬਿਲਕੁਲ, ਵੀ ਉੱਥੇ ਫਿਰ ਨਰਾਇਣੂ ਨਾਲ ਕੀ ਵਿਹਾਰ ਹੋਇਆ, ਇੰਦਰਾ ਗਾਂਧੀ ਨਾਲ ਕੀ ਹੋਇਆ, ਜਨਰਲ ਵੈਦੀਆ ਨਾਲ ਕੀ ਹੋਇਆ, ਸੋ ਬੇਅੰਤ ਸਿੰਘ ਨਾਲ ਕੀ ਹੋਇਆ, ਸੋ ਹਰ ਇੱਕ ਉਸ ਵਿਅਕਤੀ ਨਾਲ ਜਿਹਨੇ ਸਿੱਖ ਧਰਮ ਦੇ ਨੂੰ ਸਿੱਧੇ ਗਲੇ ਨੂੰ ਹੱਥ ਪਾਇਆ, ਭਾਵੇਂ ਪੰਥਕ ਰੂਪ 'ਚ ਪਾਇਆ, ਭਾਵੇਂ ਗ੍ਰੰਥ ਨੂੰ ਪਾਇਆ। ਸੋ ਵਿਹਾਰ ਜਿਹੜੀ ਆਪਾਂ ਇਹਨਾਂ ਸਜ਼ਾਵਾਂ ਦੀ ਗੱਲ ਕੀਤੀ ਹੈ ਜੀ, ਇਹ ਤੋਂ ਬਿਨਾਂ ਜਿਹੜੀ ਆਮ ਸਿੱਖ ਪਬਲਿਕ ਹੈ,
ਪੰਜਾਬ 'ਚ ਰਹਿੰਦੇ ਆ ਉਹਨਾਂ ਦੇ ਵਿੱਚ ਇਹ ਵੀ ਜ਼ੋਰ ਨਹੀਂ ਹੁੰਦਾ ਕਈ ਵਾਰੀ ਕਿ ਸਿਆਸੀ ਪਾਰਟੀਆਂ ਦੇ ਮੂਹਰੇ ਖੜ੍ਹ ਜਾਣਾ। ਕਈ ਵਾਰੀ ਇਹੋ ਜਿਹੀਆਂ ਮਜਬੂਰੀਆਂ ਨੇ ਉਹਨਾਂ ਦੇ ਹੱਥ ਵੀ ਬੰਨੇ ਹੁੰਦੇ ਆ, ਉਹਨਾਂ ਦੀਆਂ ਆਪਣੀਆਂ ਘਰਾਂ ਦੇ ਹਾਲਾਤ ਇਹੋ ਜਿਹੇ। ਪਰ ਜਿਵੇਂ ਅਸੀਂ ਕਹਿੰਦੇ ਹਾਂ ਕਿ ਧੀਰ ਮੱਲੀਆਂ ਨੂੰ ਜਾਂ ਰਾਮ ਰਾਇਆਂ ਨੂੰ ਕਹਿਤਾ ਸੀ ਕਿ ਇਹਨਾਂ ਨਾਲ ਰੋਟੀ ਬੇਟੀ ਦੀ ਸਾਂਝ ਨਹੀਂ, ਤਾਂ ਸਮੁੱਚੇ ਤੌਰ 'ਤੇ ਸਿੱਖ ਪੰਥ ਨੂੰ ਵੀ ਕੋਈ ਇਹੋ ਜਿਹਾ ਫੈਸਲਾ ਕਰਨਾ ਚਾਹੀਦਾ ਕਿ ਜਿਹੜੇ ਵੀ ਬੰਦੇ ਇਸ ਦੋਸ਼ ਦੇ ਵਿੱਚ ਸਾਹਮਣੇ ਆਉਣਗੇ ਉਹਨਾਂ ਨਾਲ ਘੱਟੋ ਘੱਟ ਨੋਟਾਂ ਵੋਟਾਂ ਦੀ ਸਾਂਝ ਤਾਂ ਸਾਨੂੰ ਖਤਮ ਕਰ ਦੇਣੀ ਚਾਹੀਦੀ ਹੈ। ਕੀ ਖਿਆਲ ਜੀ ਤੁਹਾਡਾ? ਜੀ ਬਿਲਕੁਲ ਸਹੀ ਹੈ, ਇਹ ਪ੍ਰਥਾ ਤਾਂ ਸਾਨੂੰ ਗੁਰੂ ਸਾਹਿਬ ਦੇ ਗਏ ਸੀ। ਜਿਵੇਂ ਤੁਸੀਂ ਕੋਟ ਕੀਤਾ ਕਿ ਧੀਰ ਮੱਲੀਏ ਰਾਮ ਰਾਈਏ, ਹਾਂਜੀ ਠੀਕ ਹੈ ਜੀ, ਅਤੇ ਨੜੀ ਮਾਰ ਕੁੜੀ ਮਾਰ, ਬਿਲਕੁਲ ਬਹੁਤ ਵੱਡੀਆਂ ਇਹ ਸਿਧਾਂਤ ਨੇ ਸਾਨੂੰ ਸਮਾਜਿਕ, ਹੈ ਜੀ। ਸੋ ਇਹ ਸਿਧਾਂਤ ਗੁਰੂ ਸਾਹਿਬ ਦੇ ਗਏ ਨੇ, ਇਹ ਪਰੰਪਰਾ ਨੂੰ ਤਾਂ ਅਪਣਾਉਣਾ ਹੀ ਪਏਗਾ ਜੇ ਤੁਸੀਂ ਇਸ ਅਧੋਗਤੀ ਦੇ ਵਿੱਚੋਂ ਨਿਕਲਣਾ। ਬਿਲਕੁਲ। ਅੱਛਾ ਵੀਰ ਜੀ, ਨਾਲ ਦੀ ਨਾਲ ਮੈਂ ਹੁਣ ਇਹਨੂੰ ਇਸ ਗੱਲ ਨੂੰ ਆਪਾਂ ਬਾਹਰਲੇ ਦੇਸ਼ਾਂ 'ਚ ਵੱਸਦੇ ਸਿੱਖਾਂ ਦੇ ਮੈਂ ਲਿਆਉਣੀ ਚਾਹੁੰਦਾ। ਤੁਸੀਂ ਗੁਰਦੁਆਰਾ ਪ੍ਰਬੰਧ 'ਚ ਵੀ ਰਹੇ ਹੋ ਜੀ, ਮੈਨੂੰ ਯਾਦ ਆ ਜਦੋਂ ਬਰਗਾੜੀ ਕਾਂਡ ਹੋਇਆ ਸੀਗਾ ਤਾਂ ਆਪਣੇ ਇੱਥੇ ਬੈਲ ਸੈਂਟਰ ਦੇ ਵਿੱਚ, ਸਰੀ ਦੇ ਵਿੱਚ ਇੱਕ ਬਹੁਤ ਵੱਡੀ ਕਾਨਫਰੰਸ ਹੋਈ ਸੀਗੀ, ਅਤੇ ਉਹਦੇ ਵਿੱਚ ਲੋਕਾਂ ਨੇ, ਮਤਲਬ ਮੈਂ ਹੈਰਾਨ ਸੀ ਕਿ 90 ਸਾਲ ਦੇ ਬਜ਼ੁਰਗ ਵਾਕਰ ਲੈ ਕੇ ਉੱਥੇ ਪਹੁੰਚੇ, ਕਿਉਂਕਿ ਸਾਰਿਆਂ ਦੇ ਦਿਲ ਦੇ ਵਿੱਚ ਇਹ ਦਰਦ ਸੀ। ਭਾਵੇਂ ਕਿ ਉਦੋਂ ਵੀ ਚਲੋ ਸਟੇਜ ਥੋੜ੍ਹੀ ਹਾਈਜੈਕ ਹੋ ਗਈ ਸੀਗੀ, ਪਰ ਹੁਣ ਏਡਾ ਵੱਡਾ ਘਟਨਾਕ੍ਰਮ ਹੋ ਗਿਆ, ਜਸਟ ਰਣਜੀਤ ਸਿੰਘ ਦੀ ਰਿਪੋਰਟ ਆਈ, ਵਿਧਾਨ ਸਭਾ ਦੇ ਵਿੱਚ ਸਾਰਾ ਕੁਛ ਚੱਲਿਆ, ਇੱਥੇ ਸਾਡੇ ਕੋਈ ਹਲਚਲ ਨਹੀਂ ਹੋ ਰਹੀ। ਸਾਡੇ ਬਾਹਰ ਵੱਸਦੇ ਸਿੱਖਾਂ ਨੂੰ ਕੀ ਕਰਨਾ ਚਾਹੀਦਾ? ਹੁਣ ਅਸੀਂ ਜਿਹੜੇ ਮੋੜ 'ਤੇ ਖੜ੍ਹੇ ਹਾਂ, ਅਸੀਂ ਕਈ ਵਾਰੀ ਕਿਸੇ ਗੱਲ ਨੂੰ ਸੁਣ ਕੇ ਕੁਆਇਟੇ ਹੋ ਜਾਂਦੇ ਹਾਂ, ਜਾਂ ਵੱਧ ਤੋਂ ਵੱਧ ਕਹਿੰਦੇ ਫੇਸਬੁੱਕ 'ਤੇ ਕਮੈਂਟ ਪਾ ਦਿੱਤਾ ਮੈਂ, ਲਿਖਤਾ ਵੀ ਟੂ ਬੈਡ, ਦੈਟਸ ਇਟ, ਮੇਰੀ ਜ਼ਿੰਮੇਵਾਰੀ ਖਤਮ ਹੋ ਗਈ। ਅਸੀਂ ਕੀ ਕਰੀਏ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ? ਦੇਖੋ, ਇਹ ਸਾਨੂੰ ਬਹੁਤ ਆਪਣੀ ਜ਼ਿੰਮੇਵਾਰੀ ਪਛਾਣਨ ਦੀ ਲੋੜ ਹੈ। ਸਿੱਖ ਕਿਹਦੇ ਵੀ ਹੈ, ਉਹ ਜ਼ਿੰਮੇਵਾਰ ਅਤੇ ਪੰਥ ਨੂੰ ਜਵਾਬਦੇਹ ਹੈ, ਗੁਰੂ ਨੂੰ ਜਵਾਬਦੇਹ ਹੈ। ਜਿਵੇਂ ਤੁਸੀਂ ਕਿਹਾ ਕਿ ਬੈਲ ਸੈਂਟਰ ਦੇ ਵਿੱਚ ਪੰਥ ਇੱਕ ਇਕੱਠ ਹੋਇਆ ਸੀ ਔਰ 90 ਸਾਲ ਦੇ ਬਜ਼ੁਰਗਾਂ ਤੱਕ ਦੇ ਲੋਕਾਂ ਨੇ ਉੱਥੇ ਆ ਕੇ ਸ਼ਮੂਲੀਅਤ ਕੀਤੀ। ਇਹ ਸਾਰਾ ਡਿਪੈਂਡ ਕਰਦਾ ਜੀ ਲੀਡਰਸ਼ਿਪ ਦੇ ਉੱਤੇ ਕਿ ਤੁਸੀਂ ਉਸ ਕੌਜ਼ ਦੀ ਸੀਰੀਅਸਨੈਸ ਐਂਡ ਇੰਪੋਰਟੈਂਸ ਨੂੰ ਕਿੰਨਾ ਕਿਸ ਨਜ਼ਰੀਏ ਤੋਂ ਦੇਖਦੇ ਹੋ। ਉਸ ਵੇਲੇ ਦੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨੇ ਜਿਹੜੀ ਹੈ ਪੰਥ ਨੂੰ ਕਾਲ ਕੀਤਾ ਅਤੇ ਅਵੇਅਰਨੈਸ ਦਿੱਤੀ ਕਿ ਸਾਨੂੰ ਕਿਉਂ ਆਉਣਾ। ਸੋ ਇਸ ਕਰਕੇ ਇਹ ਹੁਣ ਜਿਹੜਾ ਮੌਜੂਦਾ ਜਿਹੜੇ ਲੀਡਰਸ਼ਿਪ ਆ ਕੌਮ ਦੀ ਡਾਇਸਪੋਰਾ ਸਿੱਖਾਂ ਦੇ ਵਿੱਚ, ਉਹਨਾਂ ਨੂੰ ਇਹ ਦੇਖੋ ਆਪਣੀ ਜ਼ਿੰਮੇਵਾਰੀ ਪਛਾਣਨੀ ਚਾਹੀਦੀ ਹੈ। ਜੇ ਉਹ ਜੇ ਸੰਸਥਾਵਾਂ 'ਤੇ ਬੈਠੇ ਨੇ ਤਾਂ ਉਹਨਾਂ ਨੂੰ ਆਪਣਾ ਰੋਲ ਅਦਾ ਅਤੇ ਜ਼ਿੰਮੇਵਾਰੀਆਂ ਜਿਹੜੀਆਂ ਉਹ ਉਹਨਾਂ ਦੀ ਅਦਾਇਗੀ ਕਰਨੀ ਚਾਹੀਦੀ ਹੈ। ਅਤੇ ਜਿਵੇਂ ਹੁਣ ਰੀਸੈਂਟਲੀ ਵੀ ਇਸੇ ਸੰਬੰਧ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਸੰਬੰਧ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ 800 ਸੋਸਾਇਟੀਆਂ ਨੇ ਜਿਹੜਾ ਉਹ ਪੰਥਕ ਕਾਲ ਕੀਤੀ ਸੀ, ਬਿਲਕੁਲ, ਪਰ ਉੱਥੇ ਜਿਹੜਾ ਉਹ ਇਕੱਠ ਇੰਨਾ ਭਰਮਾ ਨਹੀਂ ਹੋਇਆ। ਹਾਂਜੀ, ਉਹਦਾ ਰੀਜ਼ਨ ਇਹੀ ਸੀ ਕਿ ਜਿਹੜੀਆਂ ਜ਼ਿੰਮੇਵਾਰ ਜਮਾਤ ਹੈ, ਜਿਹੜੀ ਲੀਡਰਸ਼ਿਪ ਹੈ, ਉਹਨਾਂ ਨੇ ਇਹਨੂੰ ਇੰਨੀ ਸੀਰੀਅਸਨੈਸ ਵਾਸਤੇ ਇੰਪੋਰਟੈਂਸ ਨਹੀਂ ਦਿੱਤੀ ਅਤੇ ਨਾ ਹੀ ਸੰਗਤ ਨੂੰ ਅਵੇਅਰਨੈਸ ਦਿੱਤੀ। ਇਸ ਕਰਕੇ ਉਹ ਪ੍ਰੋਗਰਾਮ ਜਿਹੜਾ ਨਹੀਂ ਹੋਇਆ। ਸਾਨੂੰ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਨੂੰ ਅਪਰੋਚ ਕਰਨੀ ਚਾਹੀਦੀ ਹੈ ਸੰਗਤ ਨੂੰ, ਅਤੇ ਉਹ ਆਪਣੀਆਂ ਜ਼ਿੰਮੇਵਾਰੀ ਸਮਝ ਕੇ ਇਹੋ ਜਿਹੇ ਮੌਕੇ 'ਤੇ ਜਿਹੜੀ ਹੈ ਉਹ ਪੰਥ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜ੍ਹਨ। ਕਿਉਂਕਿ ਜਿਹੜੇ ਗੁਰਦੁਆਰਾ ਭਾਵੇਂ ਕਿਤੇ ਵੀ ਹੈ, ਜਿਹੜੀ ਸੰਗਤ ਰਨ ਕਰਦੀ ਹੈ ਗੁਰਦੁਆਰਾ ਦਾ, ਪਰ ਜਿਹੜੇ ਪ੍ਰਬੰਧਕ ਨੇ ਉਹਨਾਂ ਨੇ ਪ੍ਰੋਗਰਾਮ ਲੈ ਕੇ ਆਉਣੇ ਹੁੰਦੇ ਆ ਜੀ ਸੰਗਤ ਦੇ ਵਿੱਚ। ਹੁਣ ਜਿਹੜਾ ਸ੍ਰੀ ਗੁਰਦੁਆਰਾ ਸਾਹਿਬ 'ਚ ਪ੍ਰੋਗਰਾਮ ਹੋਇਆ, ਅਸੀਂ ਉਹਦੀ ਸ਼ਲਾਘਾ ਵੀ ਕਰਦੇ ਹਾਂ ਕਿ ਘੱਟੋ ਘੱਟ ਚਲੋ ਇੱਕ ਉੱਦਮ ਉਹਨਾਂ ਨੇ ਕਰਿਆ ਜੀ, ਉਹਦੇ ਵਿੱਚ ਮੇਰੇ ਖਿਆਲ ਇੱਕੋ ਇੱਕ ਬੁਲਾਰਾ ਬੋਲ ਸਕਿਆ ਅਤੇ ਵਧੀਆ ਬੋਲਿਆ ਉਹ ਜੀ, ਪਰ ਉਹਨਾਂ ਨੇ ਹੋਰ ਕਿਸੇ ਗੁਰਦੁਆਰੇ ਦੀ ਸੁਸਾਇਟੀ ਨੂੰ ਕਿਸੇ ਉਹਨਾਂ ਦਾ ਟਾਈਮ ਦਿੱਤਾ, ਨਾ ਕੋਈ ਆਇਆ ਨਾ ਕੋਈ ਬੋਲਿਆ, ਹਾਲਾਂਕਿ ਕਾਫੀ ਸੰਗਤ ਗਈ ਹੋਈ ਸੀ ਕਿ ਕੀ ਹੋਏਗਾ ਹੁਣ ਉੱਥੇ ਕੋਈ ਗੱਲਬਾਤ, ਸਾਨੂੰ ਕੋਈ ਸੇਧ ਮਿਲੂਗੀ। ਪਰ ਜਦੋਂ ਇਹੋ ਜਿਹੇ ਪ੍ਰੋਗਰਾਮ ਫਲੋਪ ਹੋ ਜਾਂਦੇ ਆ ਜੀ, ਜਿਹਨਾਂ ਦਾ ਕੋਈ ਨਾ ਪਤਾ ਹੁੰਦਾ ਕਿ ਸ਼ੁਰੂ ਕਦੋਂ ਹੋਇਆ ਅਤੇ ਖਤਮ ਕਦੋਂ ਹੋ ਗਿਆ ਜੀ, ਤਾਂ ਦੂਜੀ ਵਾਰੀ ਜਦੋਂ ਤੁਸੀਂ ਕਾਲ ਕਰੋਗੇ ਤਾਂ ਜਿਹੜੇ ਲੋਕ ਆਏ ਨੇ ਉਹਨਾਂ ਨੇ ਵੀ ਨਹੀਂ ਆਉਣਾ। ਬਿਲਕੁਲ, ਉਹ ਕਹਿੰਦੇ ਆ ਵੀ ਕੋਈ ਗੱਲ ਤਾਂ ਹੁੰਦੀ ਨਹੀਂ ਕਿ ਆਮ ਸਧਾਰਨ ਸੰਡੇ ਦਾ ਦੀਵਾਨ ਸੀਗਾ ਜੀ ਜੀ। ਸਾਨੂੰ ਕਿਤੇ ਤੁਹਾਨੂੰ ਲੱਗਦਾ ਕਿ ਅਸੀਂ ਇੱਥੇ ਬੈਠੇ ਹੋਏ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਰਹੇ ਹਾਂ? ਬਿਲਕੁਲ ਜੀ, ਜਿਹੜੀ ਆਪਾਂ ਹੁਣੇ ਗੱਲ ਕੀਤੀ ਆ, ਤਾਜ਼ਾ ਮਿਸਾਲ ਹੈ ਸਾਡੇ ਸਾਹਮਣੇ। ਸੋ ਜੇ ਸੰਗਤ ਨਹੀਂ ਆਈ ਜੀ ਤਾਂ ਇਹਦਾ ਮਤਲਬ ਅਸੀਂ ਆਪਣੀ ਜ਼ਿੰਮੇਵਾਰੀ ਜਿਹੜੀ ਹੈ ਉਹ ਗੌਰ ਦੇ ਨਾਲ ਨਹੀਂ ਨਿਭਾਈ ਨਹੀਂ, ਠੀਕ ਹੈ ਜੀ। ਔਰ ਜਦੋਂ ਕੋਈ ਅਜਿਹੀ ਈਵੈਂਟ ਪੰਥ 'ਤੇ ਆਉਂਦਾ ਆ ਅਤੇ ਤੁਸੀਂ ਪੰਥ ਇੱਕ ਇਕੱਠ ਜਾਂ ਕਾਨਫਰੰਸ ਕਰਦੇ ਹਾਂ ਤਾਂ ਉਹਦੇ ਵਿੱਚ ਸੰਗਤ ਨੂੰ
ਜਿਹੜਾ ਮੈਸੇਜ ਜਿਹੜਾ ਹੈ ਉਹ ਕੰਸੋਲੀਡੇਟਡ ਜਾਣਾ ਚਾਹੀਦਾ ਆ ਅਤੇ ਸੰਗਤ ਨੂੰ ਜਿਹੜੀ ਆ ਉਹਦੀ ਅਵੇਅਰਨੈਸ ਜਾਣੀ ਚਾਹੀਦੀ ਹੈ ਹੈ ਜੀ। ਔਰ ਇੱਥੋਂ ਡਾਇਸਪੋਰਾ ਸਿੱਖ ਕੀ ਸੋਚਦੇ ਨੇ ਅਤੇ ਉਹ ਪਿੱਛੇ ਪੰਜਾਬ ਦੇ ਵਸਦੀਆਂ ਜਿਹੜੀਆਂ ਸੰਸਥਾਵਾਂ ਨੇ ਅਤੇ ਜਿਹੜੇ ਸਿੱਖ ਨੇ ਜਿਹੜੀ ਲੀਡਰਸ਼ਿਪ ਹੈ ਮੇਰਾ ਖਿਆਲ ਹੈ ਵੀ ਉਹਨਾਂ ਨੂੰ ਸੇਧ ਦੇਣੀ ਚਾਹੀਦੀ ਹੈ, ਉਹਨਾਂ ਨੂੰ ਵੀ ਆਪਣਾ ਸੁਜੈਸ਼ਨ ਦੇਣਾ ਚਾਹੀਦਾ ਵੀ ਕੌਮ ਇਸ ਤਰੀਕੇ ਦੇ ਨਾਲ ਚੱਲੇ ਅਤੇ ਆਪਣੀ ਸੋਲੀਡੈਰਿਟੀ ਸ਼ੋ ਕਰਨੀ ਚਾਹੀਦੀ ਹੈ। ਇੱਥੇ ਪੰਥਕ ਸਫਾਂ ਦੇ ਵਿੱਚ ਵੀ ਆਪਣਾ ਜਿਹੜਾ ਕਮਿਊਨੀਕੇਸ਼ਨ ਹੈ ਉਹ ਗੁਰਦੁਆਰਿਆਂ 'ਚੋਂ ਬੈਟਰ ਹੋਣਾ ਚਾਹੀਦਾ। ਹਾਂਜੀ ਹਾਂਜੀ ਭਾਈ ਜਸਵੀਰ ਸਿੰਘ ਜੀ, ਅਸੀਂ ਗੱਲ ਕੀਤੀ ਗੁਰਦੁਆਰਾ ਕਮੇਟੀਆਂ ਦੀ ਕਿ ਉਹ ਵੀ ਆਪਣਾ ਫਰਜ਼ ਨਹੀਂ ਪਛਾਣ ਰਹੇ, ਹੋ ਸਕਦਾ ਕਈਆਂ ਦੇ ਤਾਂ ਅਕਾਲੀਆਂ ਨਾਲ ਵੀ ਕੋਈ ਦੂਰ ਨੇੜੇ ਦੇ ਸੰਬੰਧ ਹੁੰਦੇ, ਉਹ ਤੋਂ ਵੀ ਚੱਲਦੇ ਹੁੰਦੇ ਆ। ਹੁਣ ਇੱਕ ਹੋਰ ਧਿਰ ਜਿਹੜੀ ਕਿ ਬਹੁਤ ਵੱਡਾ ਪਿੱਲਰ ਸਮਝਿਆ ਜਾਂਦਾ ਉਹ ਹੈਗੇ ਸਾਡੇ ਪ੍ਰਚਾਰਕ। ਜੇ ਪ੍ਰਗਾੜੀ ਮੋਰਚੇ ਨੂੰ ਦੇਖੀਏ ਤਾਂ ਦੋ ਪ੍ਰਚਾਰਕਾਂ ਤੋਂ ਇਹ ਗੱਲ ਸ਼ੁਰੂ ਹੋਈ ਸੀਗੀ, ਜਿਹਦੇ ਭਾਈ ਰਣਜੀਤ ਸਿੰਘ ਢੱਡਰਿਆਂ ਵਾਲੇ ਅਤੇ ਭਾਈ ਪੰਥਪ੍ਰੀਤ ਸਿੰਘ, ਪਹਿਲਾਂ ਜਾ ਕੇ ਉਹਨਾਂ ਨੇ ਇਹ ਮੋਰਚਾ ਲਾਇਆ ਸੀ। ਉਹ ਤੋਂ ਬਾਅਦ ਇੱਕ ਗ੍ਰਿਫਤਾਰੀ ਹੋਈ, ਉਸ ਗ੍ਰਿਫਤਾਰੀ 'ਚ ਪਤਾ ਨਹੀਂ ਉਹਨਾਂ ਨੂੰ ਕੀ ਕਹਿ ਦਿੱਤਾ, ਕਿਹੋ ਜਿਹੇ ਪ੍ਰੈਸ਼ਰ ਪੈ ਗਏ ਕਿ ਉਹ ਬਿਲਕੁਲ ਹੀ ਘਰੇ ਜਾ ਕੇ ਬੈਠ ਗਈ। ਹੁਣ ਉਸ ਐਪੀਸੋਡ ਦੇ ਵਿੱਚੋਂ ਨਿਕਲਿਆ ਜੀ ਸਾਡੇ ਕੋਲ ਜਿਹੜਾ ਸਰਬੱਤ ਖਾਲਸਾ, ਉਹ ਸਰਬੱਤ ਖਾਲਸਾ ਜਿਹੜੇ ਜਥੇਦਾਰ ਬਣਾਏ ਉਹ ਜਥੇਦਾਰ ਆਪਣੇ ਤੌਰ 'ਤੇ ਵਿਚਰਦੇ ਰਹੇ, ਪਰ ਅੱਜ ਉਹ ਜਥੇਦਾਰ ਵੀ ਲੱਗਦਾ ਵੀ ਕਾਂਗਰਸ ਨਾਲ ਖੜ੍ਹੇ ਆ। ਸਿੱਖ ਹੋਰ ਭੰਬਲ ਗੁੱਸੇ 'ਚ ਪੈ ਰਹੇ ਨੇ, ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਜਥੇਦਾਰ ਪੋਲੀਟੀਕਲ ਨੇ ਜਾਂ ਰਾਜਨੀਤਿਕ ਬੰਦੇ ਨੇ। ਹੁਣ ਸਾਡੇ ਜਿਹੜਾ ਪ੍ਰਚਾਰਕ ਸ਼੍ਰੇਣੀ ਆ ਉਹ ਵੀ ਜੇ ਅੱਜ ਬੈਠੇ ਹੋਰ ਕਹਾਣੀਆਂ ਸੁਣਾ ਰਹੇ ਆ ਸਟੇਜਾਂ 'ਤੇ, ਉਹ ਆਪਦੇ ਕਿਤੇ ਤੁਹਾਨੂੰ ਲੱਗਦਾ ਨਹੀਂ ਕਿ ਆਪਦੇ ਫਰਜ਼ ਤੋਂ ਭੱਜ ਰਹੇ ਨੇ? ਵੇਖੋ ਜੀ, ਦੋ ਧਿਰਾਂ ਦੀ ਆਪਾਂ ਗੱਲ ਕਰ ਰਹੇ ਹਾਂ। ਪਹਿਲੀ ਕਰ ਰਹੇ ਹਾਂ ਜਿਹੜੇ ਬੰਦੇ ਸਟੇਜ ਔਰਗੇਨਾਈਜ਼ ਕਰ ਰਹੇ ਹਨ। ਬਿਲਕੁਲ ਜੀ, ਸਟੇਜ ਔਰਗੇਨਾਈਜ਼ ਕਰ ਰਹੀਆਂ ਪ੍ਰਬੰਧਕ ਕਮੇਟੀਆਂ। ਹਾਂਜੀ, ਸ਼੍ਰੋਮਣੀ ਕਮੇਟੀ ਨੇ ਤਾਂ ਬੋਲਣਾ ਨਹੀਂ, ਠੀਕ ਹੈ, ਉਹ ਤਾਂ ਪੂਰਾ ਦਾ ਪੂਰਾ ਚੈਪਟਰ ਹੀ ਕਲੋਜ਼ ਕਰ ਦਿਓ। ਹੁਣ ਰਹਿ ਗਈਆਂ ਆਪਾਂ ਇਹਨਾਂ ਦੇਸ਼ਾਂ ਦੀ ਗੱਲ ਕਰ ਰਹੇ ਹਾਂ, ਇਹਨਾਂ ਦੇਸ਼ਾਂ ਦੇ ਵਿੱਚ ਵੱਡੇ ਪੱਧਰ 'ਤੇ ਪ੍ਰਚਾਰਕ ਆ ਰਹੇ ਨੇ ਜੀ। ਹੁਣ ਜਿਹੜੇ ਗੁਰੂ ਗ੍ਰੰਥ ਸਾਹਿਬ ਦੀ ਗੱਲ ਕਰਕੇ ਜਿੱਥੋਂ ਪ੍ਰਚਾਰਕ ਰੋਟੀ ਖਾ ਰਹੇ ਨੇ ਜੀ, ਹੁਣ ਉਸ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਇੱਕ ਦਿਨ ਪ੍ਰਚਾਰਕ ਖੜ੍ਹੇ ਹੋਏ ਸੀ, ਸਿਰਫ ਇੱਕ ਦਿਨ, ਪੂਰੇ ਹਿੰਦੁਸਤਾਨ ਦੇ ਵਿੱਚ ਮਤਲਬ ਪੂਰੇ ਵਰਲਡ ਦੇ ਵਿੱਚ ਸਿੱਖਾਂ ਦੀ ਮਤਲਬ ਚਿਣਗ ਆ ਗਈ ਸੀ ਉਹਨਾਂ ਦੇ ਅੰਦਰ ਕਿ ਹੁਣ ਕੁਛ ਨਾ ਕੁਛ ਹੋਊਗਾ। ਪ੍ਰਚਾਰਕ ਤਬਕਾ ਕੇਵਲ ਅਤੇ ਕੇਵਲ ਮਾਇਆ ਦੇ ਦੁਆਲੇ ਘੁੰਮ ਗਿਆ, ਉਹਨਾਂ ਨੇ ਕੇਵਲ ਅਤੇ ਕੇਵਲ ਆਪਣੀ ਮਾਇਆ ਦੀ ਭੁੱਖ ਨੂੰ ਹੁਣ ਸਾਹਮਣੇ ਰੱਖ ਲਿਆ। ਮੈਂ ਇਸ ਗੱਲ ਤੋਂ ਗੁਰੇਜ਼ ਨਹੀਂ ਕਰਾਂਗਾ ਕਿ ਪ੍ਰਚਾਰਕ ਆਪਣੇ ਪ੍ਰਚਾਰ ਦਾ ਹਿੱਸਾ ਹੀ ਨਹੀਂ ਬਣਾ ਰਹੇ ਇਸ ਗੱਲ ਨੂੰ, ਵੀ ਸਾਡੇ ਮਤਲਬ ਇਹ ਇਹਨੂੰ ਰਾਜਨੀਤੀ ਦਾ ਨਾਂ ਦੇ ਰਹੇ ਨੇ ਵੀ ਇਹ ਇੱਕ ਰਾਜਨੀਤੀ ਦਾ ਭਾਗ ਹੈ, ਜਦਕਿ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਜਿਹੜੀ ਹੋਈ ਹੈ ਉਹ ਸਾਡਾ ਧਾਰਮਿਕ ਮਸਲਾ ਜੀ, ਇਹ ਰਾਜਨੀਤਿਕ ਮਸਲਾ ਨਹੀਂ। ਰਾਜਨੀਤਿਕ ਮਸਲਾ ਦੇ ਬਣਾ ਕੇ ਇਸ ਗੱਲ ਨੂੰ ਉਡਾ ਰਹੇ ਹਾਂ ਹੁਣ ਅੱਜ ਦੀ ਡੇਟ ਦੇ ਵਿੱਚ, ਉਹਨੂੰ ਰਾਜਨੀਤਿਕ ਮਸਲਾ ਰਾਜਨੀਤਿਕ ਨਾਮ ਦੇ ਕੇ ਕਾਂਗਰਸ ਅਕਾਲੀ ਇਸ ਚੀਜ਼ ਤੋਂ ਲੋਕਾਂ ਦਾ ਸਾਰਾ ਦਿਮਾਗ ਉਠਾਉਣਾ ਚਾਹੁੰਦੇ ਨੇ ਵੀ ਇੱਕ ਰਾਜਨੀਤਿਕ ਖੇਡ ਹੈ, ਇਹਨੂੰ ਸਾਰੀ ਖੇਡ ਨੂੰ ਛੱਡ ਦਿਓ। ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਆ ਉਹ ਇੱਕ ਧਾਰਮਿਕ ਮੁੱਦਾ ਸਾਡੇ ਲਈ, ਅਤੇ ਪ੍ਰਚਾਰਕ ਜਿੰਨੇ ਪ੍ਰਚਾਰਕ ਨੇ ਉਹ ਸਾਰੇ ਦੇ ਸਾਰੇ ਇਹਨਾਂ ਦੇਸ਼ਾਂ 'ਚ ਆ ਰਹੇ ਨੇ, ਅਸੀਂ ਉਹਨਾਂ ਨੂੰ ਅਕਾਊਂਟੇਬਲ ਨਹੀਂ ਕਰ ਰਹੇ ਵੀ ਤੁਸੀਂ ਸਟੇਜਾਂ ਦੇ ਵਿੱਚ ਸਾਨੂੰ ਇੰਨੇ ਦਿਨਾਂ 'ਚ ਕੀ ਸਾਨੂੰ ਸੁਨੇਹਾ ਦਿੱਤਾ ਕਿ ਜਿਹੜੀ ਗੁਰਬਾਣੀ ਦੀ ਕਥਾ ਸੁਣਾ ਰਹੇ ਹੋ, ਜਿਹੜੇ ਗੁਰੂ ਦੀ ਗੱਲ ਸੁਣਾ ਰਹੇ ਹੋ, ਜਿਹੜੇ ਗੁਰੂ ਤੋਂ ਬਹਿ ਕੇ ਮਤਲਬ ਆਪਾਂ ਪ੍ਰਸ਼ਾਦਾ ਛਕ ਰਹੇ ਹਾਂ, ਸਾਡੇ ਪਰਿਵਾਰ ਬੱਚੇ ਪਾਲ ਰਹੇ ਹਾਂ, ਉਸ ਗੁਰੂ ਦੀ ਬੇਅਦਬੀ ਹੋਈ ਅਤੇ ਅਸੀਂ ਉਹਨੂੰ ਆਪਣੇ ਪ੍ਰਚਾਰ ਦਾ ਹਿੱਸਾ ਨਹੀਂ ਬਣਾ ਰਹੇ। ਹੁਣ ਤੁਸੀਂ ਇਹ ਵੇਖੋ, ਤੁਸੀਂ ਫੇਸਬੁੱਕ 'ਤੇ ਜਾਓ ਜੀ, ਸਿੱਖਾਂ ਦਾ ਹੋਰ ਕੁਛ ਦੇਖ ਹੀ ਨਹੀਂ ਰਿਹਾ, ਸਾਰੇ ਦੇ ਸਾਰੇ ਪ੍ਰਚਾਰਕ ਲਾਈਵ ਹੋਏ ਬੈਠੇ ਨੇ, ਸਾਰੇ ਪ੍ਰਚਾਰਕ ਲਾਈਵ, ਢੱਡਰੀਆਂ ਵਾਲਾ ਲਾਈਵ, ਆਪਣਾ ਭਾਈ ਪੰਥਪ੍ਰੀਤ ਸਿੰਘ ਲਾਈਵ, ਭਾਈ ਪਿੰਦਰਪਾਲ ਸਿੰਘ ਹੋਣੀ ਲਾਈਵ, ਭਾਈ ਪਰਮਜੀਤ ਸਿੰਘ ਖਾਲਸਾ ਲਾਈਵ, ਭਾਈ ਕੁਲਵੰਤ ਸਿੰਘ ਲਾਈਵ, ਮਤਲਬ ਕੋਈ ਪ੍ਰਚਾਰਕ ਤੁਸੀਂ ਦੱਸੋ ਵੀ ਕਿਹੜਾ ਲਾਈਵ ਨਹੀਂ ਹੈਗਾ। ਜੇ ਲਾਈਵ ਦੇ ਉੱਤੇ ਤੁਸੀਂ ਆਪਣੇ ਮੰਨ ਲਓ ਹਰ ਪ੍ਰਚਾਰਕ ਦੇ ਨਾਲ 100-150 ਜਾਂ ਲਾ ਲਓ ਵੀ 10-15 ਹਜ਼ਾਰ ਸੰਗਤ ਜੁੜੀ, 15-15 ਹਜ਼ਾਰ ਸੰਗਤ ਜੁੜੀ, ਜੇ ਉਹਨਾਂ ਤੱਕ ਉਹ ਆਪਣਾ ਆਪਣਾ ਮੈਸੇਜ ਪਹੁੰਚਾਉਣ, 5-15 ਦਿਨ ਪ੍ਰਚਾਰ ਬੰਦ ਕਰ ਦਿਓ। ਪਰ ਬਿਸਮ ਇੱਥੇ ਇੱਕ ਸਵਾਲ ਵਿੱਚ ਨਾਲ ਦੀ ਨਾਲ ਆ ਕਿ ਭਾਈ ਰਣਜੀਤ ਸਿੰਘ ਅਤੇ ਭਾਈ ਪੰਥਪ੍ਰੀਤ ਸਿੰਘ ਇਹ ਦੋ ਜਾਣੇ ਮੂਹਰੇ ਲੱਗੇ ਸੀਗੇ ਅਤੇ ਇਹਨਾਂ ਦੀ ਫੋਲੋਅਰਸ਼ਿਪ ਵੀ ਵੱਡੀ ਸੀਗੀ, ਉਹਦੇ ਕਰਕੇ ਉਦੋਂ ਬਹੁਤ ਜ਼ਬਰਦਸਤ ਧਰਨਾ ਦਿੱਤਾ ਗਿਆ ਉੱਥੇ। ਪਰ ਇਹੋ ਜਿਹਾ ਕੀ ਹੋ ਗਿਆ ਜਾਂ ਆਪਣੀ ਹਉਮੈ ਏਡੀ ਵੱਧ ਗਈ ਕਿ ਜੇ ਉਹ ਬੰਦੇ ਬੈਠੇ ਹੁਣ ਤਾਂ ਅਸੀਂ ਉੱਥੇ ਜਾਣਾ ਹੀ ਨਹੀਂ, ਜੇ ਉਹ ਚੱਬੇ ਵਾਲੇ ਜਥੇਦਾਰ ਉੱਥੇ ਬੈਠੇ ਨੇ ਤਾਂ ਹੁਣ ਸਾਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਨਾਲ ਵੀ ਸਾਨੂੰ ਕੋਈ ਮਤਲਬ ਨਹੀਂ, ਅਸੀਂ ਆਪਣੇ ਘਰੇ ਬਹਿ ਗਏ। ਭਾਈ ਰਣਜੀਤ ਸਿੰਘ ਹੁਣ ਜੇ ਮੈਂ ਗੱਲ ਕਰਾਂ ਜੀ, ਉਹਨਾਂ ਦਾ ਸਲੋਗਨ ਸੀਗਾ ਗੁਰੂ ਮਾਨਿਓ ਗ੍ਰੰਥ, ਅਤੇ ਉਹ ਪਹਿਰਾ ਵੀ ਦਿੰਦੇ ਰਹੇ ਆ, ਪਰ ਹੁਣ ਤਾਂ ਉਹ ਕਹਿੰਦੇ ਆ, ਕਹਿੰਦੇ ਗੁਰੂ ਗ੍ਰੰਥ ਸਾਹਿਬ ਦਾ ਜ਼ਰੀਆ ਗਿਆਨ ਗੁਰੂ ਹੈ, ਫਿਰ ਇਹੋ ਜਿਹੇ ਪ੍ਰਚਾਰਕਾਂ ਨੂੰ ਕੀ ਕਰਾਂਗੇ ਭਾਈ ਸਾਹਿਬ ਜੀ? ਦੇਖੋ ਜੀ, ਗੱਲ ਤਾਂ ਉੱਥੇ ਆ ਜਾਂਦੀ ਹੈ ਜਿਹੜੇ ਕੌਮੀ ਮਸਲੇ ਨੇ ਜੀ,
ਅਤੇ ਕੌਮੀ ਮਸਲਿਆਂ ਦੇ ਵਿੱਚ ਲੀਡਰਸ਼ਿਪ ਜਿਹੜੀ ਹੈ ਉਹਨਾਂ ਦੇ ਕੋਲ ਦੋ ਚੀਜ਼ਾਂ ਜਿਹੜੀਆਂ ਲੀਡਰਸ਼ਿਪ ਜਿਹਨੂੰ ਆਪਾਂ ਕੌਮੀ ਸ਼ਬਦਾਂ ਵਿੱਚ ਜਥੇਦਾਰੀ ਕਹਿੰਦੇ ਹਾਂ, ਭਾਵੇਂ ਉਹ ਧਾਰਮਿਕ ਪ੍ਰਚਾਰਕ ਜਮਾਤ ਹੈ, ਭਾਵੇਂ ਉਹ ਸਾਡੀ ਰਾਜਨੀਤਿਕ ਜਾਂ ਧਾਰਮਿਕ ਲੀਡਰਸ਼ਿਪ ਹੈ, ਦੋ ਚੀਜ਼ਾਂ ਉਹਨਾਂ 'ਚ ਜਿਹੜੀ ਹੈ ਉਹ ਘੁੱਟ ਕੇ ਹੋਣੀ ਚਾਹੀਦੀ ਹੈ। ਨੰਬਰ ਇੱਕ ਤਾਂ ਗੁਰੂ ਨਾਨਕ ਦਾ ਸਿਧਾਂਤ, ਬਿਲਕੁਲ ਜੀ। ਨੰਬਰ ਦੋ 'ਤੇ ਦੂਰਾਦੇਸ਼ੀ ਲੀਡਰਸ਼ਿਪ, ਲੀਡਰਸ਼ਿਪ ਟੈਕਨੀਕਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਸੋ ਇਹ ਜਿਹਨਾਂ ਦੇ ਕੋਲ ਦੋ ਦਾ ਸੁਮੇਲ ਆ, ਭਾਵੇਂ ਉਹ ਕੁਦਰਤੀ ਹੋਵੇ ਜਾਂ ਅਸੀਂ ਪੜ੍ਹਾਈ ਕਰਕੇ ਲਿਆ ਹੋਵੇ, ਬਿਲਕੁਲ ਠੀਕ ਹੈ ਜੀ, ਉਹ ਲੀਡਰਸ਼ਿਪ ਕਾਮਯਾਬ ਹੈ। ਜਿਹੜੀ ਲੀਡਰਸ਼ਿਪ ਕੇਵਲ ਗੱਲਾਂ ਦੇ ਆਸਰੇ ਹੋਵੇ ਜਾਂ ਸਿਧਾਂਤਹੀਣ ਹੋਵੇ ਲੀਡਰਸ਼ਿਪ, ਉਹ ਫਿਰ ਉਹ ਇੰਨਾ ਚਿਰ ਕੱਢ ਨਹੀਂ ਸਕਦੀ ਜੀ ਜਿੰਨਾ ਚਿਰ ਆਪਾਂ ਚਾਹੁੰਦੇ ਹਾਂ। ਲੰਬੇ ਸਮੇਂ ਲਈ ਲੀਡਰਸ਼ਿਪ ਜਿਹੜੀ ਹੈ ਉਹ ਉਹੀ ਚੱਲਦੀ ਹੈ ਜਿਨ੍ਹਾਂ ਨੇ ਗੁਰੂ ਦੇ ਸਿਧਾਂਤ ਨੂੰ ਅਤੇ ਪਹਿਰਾ ਦਿੱਤਾ, ਗੁਰੂ ਦੇ ਸਿਧਾਂਤ ਦੇ ਇਰਦ ਗਿਰਦ ਰਹੇ, ਛੱਡਿਆ ਨਹੀਂ ਗੁਰੂ ਕਾ ਸਿਧਾਂਤ, ਅਤੇ ਉਹਨਾਂ ਨੂੰ ਫਿਰ ਵੱਡੀਆਂ ਵੱਡੀਆਂ ਹਨੇਰੀਆਂ ਵੀ ਹਿਲਾ ਨਹੀਂ ਸਕੀਆਂ। ਅਤੇ ਜਿਨ੍ਹਾਂ ਨੇ ਆਪਣੇ ਗੁਰੂ ਦੇ ਸਿਧਾਂਤ ਨੂੰ ਛੱਡ ਦਿੱਤਾ, ਭਾਵੇਂ ਉਹ ਪ੍ਰਚਾਰਕ ਹੋਣ ਜਾਂ ਲੀਡਰ, ਅਤੇ ਉਹ ਫਿਰ ਕੌਮ ਦੀ ਅਗਵਾਈ ਲੰਬਾ ਸਮਾਂ ਨਹੀਂ ਕਰ ਸਕਦੇ ਜੀ। ਇਹੀ ਕਾਰਨ ਹੈ ਮੇਰਾ ਖਿਆਲ ਹੈ ਕਿ ਉਹ ਜ਼ਿਆਦਾ ਸਮਾਂ ਟਿਕ ਨਹੀਂ ਸਕੇ। ਸੋ ਹੁਣ ਆਪਾਂ ਪ੍ਰੋਗਰਾਮ 'ਤੇ ਥੋੜ੍ਹਾ ਜਿਹਾ ਸਮਾਂ ਰਹਿ ਗਿਆ ਜੀ। ਮੈਨੂੰ ਕਈ ਵਾਰੀ ਪ੍ਰਤੀਤ ਹੁੰਦਾ ਕਿ 100 ਸਾਲ ਪਹਿਲਾਂ ਬਣੀ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਸ਼ਾਇਦ ਆਪਣੀ ਉਮਰ ਬਿਹਾ ਗਿਆ, ਅੱਜ ਦੇ ਸਮੇਂ 'ਚ 100 ਸਾਲ ਉਮਰ ਸੀਗੀ ਇਹਨਾਂ ਦੀ। ਤੁਹਾਨੂੰ ਕੀ ਲੱਗਦਾ ਕਿ ਹੁਣ ਮੁੱਢੋਂ ਸੁੱਢੋਂ ਕੋਈ ਵੱਖਰੀ ਨਵੀਂ ਜਥੇਬੰਦੀ ਬਣੂਗੀ ਜੀ? ਨਹੀਂ, ਅਜਿਹਾ ਨਹੀਂ ਮੈਨੂੰ ਲੱਗਦਾ ਜੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਇੱਕ ਬਾਹਤ ਜਿਹੜੀ ਜਥੇਬੰਦੀ ਹੈ ਜੀ, ਜੋ ਸਿੱਖ ਕੌਮ ਦੇ ਧਾਰਮਿਕ ਮਸਲਿਆਂ ਨੂੰ ਦੇਖਦੀ ਹੈ, ਗੁਰਦੁਆਰਿਆਂ ਦਾ ਪ੍ਰਬੰਧ ਅਤੇ ਗੁਰੂ ਪੰਥ ਦੇ ਪ੍ਰਚਾਰ ਅਤੇ ਪ੍ਰਸਾਰ ਦੀ ਗੱਲ ਦੇਖਦੀ ਹੈ, ਇਸੇ ਤਰੀਕੇ ਨਾਲ ਸ਼੍ਰੋਮਣੀ ਅਕਾਲੀ ਦਲ ਜੀ, ਇਹ ਦੋਵੇਂ ਜਥੇਬੰਦੀਆਂ ਜਿਹੜੀਆਂ ਉਹ ਬੇਅੰਤ ਸ਼ਹੀਦੀਆਂ ਅਤੇ ਬਜ਼ੁਰਗ ਸਿੱਖਾਂ ਦੇ ਲਹੂ ਦੇ ਵਿੱਚੋਂ ਨਿਕਲੀਆਂ ਨੇ, ਔਰ ਮੈਂ ਇਹ ਸਮਝਦਾ ਵੀ ਇਹ ਲੰਮੇਰੇ ਸਮੇਂ ਦੇ ਲਈ ਸਿੱਖਾਂ ਦੀ ਅਗਵਾਈ ਕਰਨਗੀਆਂ। ਪਰ ਜ਼ਰੂਰਤ ਹੈ, ਜਿਵੇਂ ਆਪਾਂ ਅੱਜ ਦੀ ਗੱਲਬਾਤ ਦੇ ਸ਼ੁਰੂ 'ਚ ਗੱਲ ਕੀਤੀ ਸੀ ਨਰੈਣੂ ਮਹੰਤ ਨੂੰ ਕੱਢਿਆ ਸੀ, ਇਸੇ ਤਰੀਕੇ ਦੇ ਨਾਲ ਜਿਹੜੇ ਮੌਜੂਦਾ ਮਹੰਤ ਨੇ ਇਹਨਾਂ ਜਥੇਬੰਦੀਆਂ 'ਤੇ ਕਾਬਜ਼, ਅੱਜ ਸਿੱਖਾਂ ਨੂੰ ਆਈਡੈਂਟੀਫਾਈ ਕਰ ਹੋ ਚੁੱਕੇ ਨੇ, ਅਤੇ ਸਿਰਫ ਜਿਵੇਂ ਭਾਈ ਅਸ਼ਵੀਰ ਸਿੰਘ ਨੇ ਕਿਹਾ ਸੀ ਉਸ ਵੇਲੇ ਸਿੱਖਾਂ ਦੇ ਵਿੱਚ ਇੱਕ ਗੱਲ ਸੀ ਜੀ, ਉਹਨਾਂ ਨੇ ਨਰੈਣੂ ਨੂੰ ਆਈਡੈਂਟੀਫਾਈ ਕੀਤਾ ਅਤੇ ਐਕਟ ਕਰਕੇ ਜਾਨਾਂ ਵਾਰ ਕੇ ਪਾਸੇ ਮਾਰਿਆ। ਇਸੇ ਤਰੀਕੇ ਦੇ ਨਾਲ ਅੱਜ ਆਈਡੈਂਟੀਫਾਈਡ ਹੈਗੇ ਨੇ, ਪਰ ਸਿੱਖਾਂ ਨੂੰ ਵੱਲ ਧਾਰਨ ਦੀ ਲੋੜ ਹੈ, ਅਤੇ ਹੁਣ ਤਾਂ ਪਰਚੀ ਦੇ ਤਾਕਤ ਦੇ ਨਾਲ, ਪਰਚੀ ਦੀ ਤਾਕਤ ਡੈਮੋਕ੍ਰੇਸੀ ਦੇ ਵਿੱਚ ਪਰਚੀ ਦੀ ਤਾਕਤ ਦੇ ਨਾਲ ਤੁਸੀਂ ਇਹਨਾਂ ਨੂੰ ਸਾਈਡਲਾਈਨ ਕਰਕੇ ਸਿੱਖ ਕੌਮ ਨੂੰ ਨਵੀਂ ਲੀਡਰਸ਼ਿਪ ਦੇ ਕੇ ਆਪਣੀ ਤਾਕਤ ਦੇ ਸਕਦੇ ਹਾਂ। ਸੋ ਅਖੀਰ 'ਚ ਭਾਈ ਅਸ਼ਵੀਰ ਸਿੰਘ ਜੀ ਕੀ ਕਹਿਣਾ ਚਾਹੁੰਦੇ ਹਾਂ ਦੇਖਣ ਵਾਲਿਆਂ ਨੂੰ, ਕਿ ਜਿਹੜੇ ਵੀ ਸਿੱਖ ਜਿਨ੍ਹਾਂ ਨੂੰ ਇਸ ਗੱਲ ਦਾ ਦਿਲੋਂ ਦੁੱਖ ਹੁੰਦਾ ਉਹ ਹੁਣ ਕੀ ਕਰਨ? ਮੈਨੂੰ ਲੱਗਦਾ ਵੀ ਜਿਵੇਂ ਮੈਂ ਮਾਨ ਸਾਹਿਬ ਦੀ ਗੱਲ 'ਚ ਐਡੀਸ਼ਨ ਕਰਾਂਗਾ ਕਿ ਇੱਕ ਪਰਚੀ ਦੀ ਤਾਕਤ ਮਿਲੀ ਉੱਥੇ। ਹੁਣ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਇਲੈਕਸ਼ਨਸ ਆਉਣੀਆਂ ਜੀ, ਜਿੰਨੀ ਵੀ ਆਪਣੇ ਆਪ ਨੂੰ, ਪਹਿਲੀ ਗੱਲ ਤਾਂ ਆਪਣੇ ਆਪ ਨੂੰ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਮੰਨਣ ਵਾਲੇ ਜੀ, ਉਹਨਾਂ ਨੂੰ ਇਹ ਪਤਾ ਹੋਣਾ ਚਾਹੀਦਾ ਕਿ ਸਾਨੂੰ ਸਾਡਾ ਦੁਸ਼ਮਣ ਆਈਡੈਂਟੀਫਾਈਡ ਹੈ, ਅਤੇ ਸਾਡੀ ਜਿਹੜੀ ਸ਼੍ਰੋਮਣੀ ਕਮੇਟੀ ਹੈ ਉਸ ਵਿਅਕਤੀ ਦੇ ਜਿਹੜਾ ਪ੍ਰਕਾਸ਼ ਚੰਦ ਬਾਦਲ ਦੇ ਘੇਰੇ 'ਚ। ਸਾਨੂੰ ਇਹ ਚਾਹੀਦਾ ਕਿ ਜਿਹੜਾ ਹੁਣ ਜਦੋਂ ਦੁਸ਼ਮਣ ਆਈਡੈਂਟੀਫਾਈ ਹੋ ਗਿਆ ਸਾਨੂੰ ਉਹਨੂੰ ਲਾਂਭੇ ਕਰ ਦੇਣਾ ਚਾਹੀਦਾ, ਅਤੇ ਸਾਡੇ ਆਪਣੇ ਮਨ ਵਟਾਵ ਪਾਸੇ ਰੱਖ ਕੇ ਜੀ ਆਹ ਇੱਕ ਗੱਲ ਨੂੰ ਰੱਖ ਕੇ ਕਿ ਹੁਣ ਇਹਨਾਂ ਦੇ ਦੁਆਰਾ ਇਹਨਾਂ ਦੀ ਸ਼ਹਿ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਦਬੀ ਹੋਈ ਹੈ, ਅਸੀਂ ਘੱਟੋ ਘੱਟ ਇਸ ਮੁੱਦੇ 'ਤੇ ਇਹਨਾਂ ਨੂੰ ਪਾਸੇ ਕਰਕੇ ਇੱਕ ਪੰਥਕ ਲਹਿਰ ਖੜ੍ਹੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪਹਿਲਾਂ ਆਜ਼ਾਦ ਕਰਾਉਣਾ ਚਾਹੀਦਾ, ਜਿੱਥੇ ਪ੍ਰਚਾਰਕ ਸਟੇਜਾਂ ਬਣੀਆਂ। ਵੇਖੋ ਲੋਕ ਕੋਈ ਧਰਮ ਇਹੋ ਜਿਹਾ ਨਹੀਂ ਸਮਰਾ ਸਾਹਿਬ ਜਿਹਦੇ ਕੋਲ ਸਟੇਜਾਂ ਹੋਣ ਪ੍ਰਚਾਰ ਕਰਨ ਨੂੰ। ਸਾਡੇ ਤਾਂ ਮਤਲਬ ਸਿਸਟਮ ਹੀ ਇਹੋ ਜਿਹਾ ਕਿ ਜਿੱਦਣ ਗੁਰਦੁਆਰਾ ਬਣਦਾ ਇੱਕ ਸਟੇਜ ਬਣ ਜਾਂਦੀ ਹੈ ਪ੍ਰਚਾਰ ਲਈ, ਧਰਮ ਦੇ ਪ੍ਰਚਾਰ ਲਈ, ਰਾਜਨੀਤੀ ਦੇ। ਸਾਨੂੰ ਰਾਜਨੀਤੀ ਧਾਰਮਿਕ ਰਾਜਨੀਤੀ ਸਿੱਖਾਂ ਤੱਕ ਪਹੁੰਚਾਉਣੀ ਖੋਲ੍ਹਿਆ ਸਟੇਜ ਤੋਂ ਜੀ, ਅਤੇ ਇਹ ਸਾਡੇ ਕੋਲ ਬਣੀਆਂ ਬਣਾਈਆਂ ਸਟੇਜਾਂ ਨੇ। ਸੋ ਪਹਿਲਾ ਕੰਮ ਤਾਂ ਸਾਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਜ਼ਾਦ ਕਰਾਉਣੀ ਚਾਹੀਦੀ ਹੈ। ਦੂਸਰਾ ਕੰਮ ਜਿਹੜੇ ਜਿਹੜੇ ਸਾਡੇ ਪ੍ਰਚਾਰਕ ਨੇ ਮਾਨਸਿਕ ਤੌਰ 'ਤੇ ਜਿਹੜੇ ਉਹ ਇਹਦੇ ਵਿੱਚ ਗੁਲਾਮ ਹੋ ਗਏ ਨੇ ਮਾਇਆ ਦੇ ਵਿੱਚ, ਸਾਨੂੰ ਉਹਨਾਂ ਨੂੰ ਵੀ ਥੋੜ੍ਹਾ ਜਿਹਾ ਹਲੂਣਾ ਦੇਣਾ ਚਾਹੀਦਾ ਕਿ ਮਾਇਆ ਦਾ ਇਕੱਲਾ ਖਹਿੜਾ ਨਾ ਛੱਡੋ, ਜਿਹੜੇ ਗੁਰੂ ਦੇ ਕਰਕੇ ਸਾਨੂੰ ਸਾਰਾ ਕੁਛ ਬਣ ਰਿਹਾ ਹੈ, ਮਾਇਆ ਮਿਲ ਰਹੀ ਹੈ, ਸਾਨੂੰ ਉਸ ਗੁਰੂ ਆਪਣੇ ਫਰਜ਼ ਪਛਾਣਨੇ ਚਾਹੀਦੇ ਨੇ। ਇਹਦੇ ਨਾਲ ਮੈਂ ਇੱਕ ਸੈਕਿੰਡ ਲਈ ਐਡੀਸ਼ਨ ਕਰਦਾ ਕਿ ਦੇਖੋ ਇੱਦਾਂ ਹੁੰਦਾ ਆ,
इतिहास दे विच जदों असीं सीध लैंदे हां ना ते मैं ज़्यादा लंबी गल नहीं करदा ते समय समय दे मुताबक पंथ जथेबंदियां च रहा पर जदों पंथक भीड़ा पैंदी रही है सारियां जथेबंदियां अपने सारे मुफाद पिछे रख के सिर जोड़ के पंथ दी पीड़ा नूं जिहड़ी उहनां ने नजिठिया अज जे असीं सरकारी ताकतां जां असीं बादलकियां नूं कहिंदे आ जां होर एजेंसियां ते दोष लाउंदे आ जे अजिहे नाजुक समय दे विच जिहड़ियां मौजूदा पंथक जथेबंदियां ने जिहड़ी मौजूदा पंथक लीडरशिप जिहड़ी किते भी जिस भी मोड़ दे विच हैगी है जां पंथक जिहड़ियां शख्सियतां ने जे अज उह अपने पंथक बखरेवें पासे छड्ड के एक प्लेटफॉर्म उत्ते हो के इस मुहाज दे लई नहीं खड़दे तां मैं इह समझदा आं कि उह भी बराबर दे दोषी इतिहास ने गिरदा जाणा है। सो आपां सारिआं नूं चाहीदा एक प्लेटफॉर्म ते जिवें अर्शवीर सिंह ने कहा इकट्ठे हो के इस जिहड़े मुहाज दे विच तुरीए। थैंक यू जी वीर जी तुसीं आए दर्शकां नाल सांझ पाई आ आप जी का बहुत बहुत धन्यवाद। प्रोग्राम का इत्थे समा हो गया फतेह दी सांझ करिए जी। वाहिगुरू जी का खालसा वाहिगुरू जी की फतेह। अगले हफ्ते एक वखरा प्रोग्राम लैके आप जी नाल सांझ पावांगे तद तक तुसीं देख रहे हो प्राइम विजय टीवी तुहाडा अपना तुहाडे लई सत श्री अकाल।